ਪੰਜਾਬੀ ਰੇਡੀਓ ਜੋ ਐਸ ਐਸ ਆਰ ਐਸ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ, ਉਹਨਾਂ ਦੇ ਨਾਲ ਕੁਛ ਕੁ ਖਬਰਾਂ ਸਾਂਝੀਆਂ ਕਰਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਕਰਦੀਪ ਸਿੰਘ ਬਿਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 408-272-2500, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦਰਸ਼ਨ ਸਿੰਘ ਪਲਵਾਨ, ਮਹਾ ਸਿੰਘ ਜਰੀਆ ਫਰਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਧਰਮ ਸਿੰਘ, ਰਘਵੀਰ ਕੌਰ ਸਲਮਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੀ। ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਆ, ਉਹ ਕਿਸੇ ਤਰ੍ਹਾਂ ਵੀ ਠੱਲ ਨਹੀਂ ਰਿਹਾ। ਹੁਣ ਸੋਨੀਆ ਗਾਂਧੀ ਹੀ ਅਗਲੇ 6 ਮਹੀਨੇ ਦੇ ਲਈ ਰਹਿਣਗੇ ਅਹੁਦੇ ਤੇ। ਇਹ ਖਲਾਰਾ ਜਿਹੜਾ ਸੀਗਾ ਕੱਲ ਚੱਲਦਾ ਰਿਹਾ ਕੋਈ 7 ਘੰਟੇ, ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਅੰਦਰ ਮੀਟਿੰਗ ਹੁੰਦੀ ਸੀਗੀ ਤੇ ਮੀਟਿੰਗ ਦੀ ਸਮਾਪਤੀ ਦੇ ਮੌਕੇ ਆ ਕੇ ਇਹਦੀ ਡਿਊਟੀ ਲੱਗਦੀ ਸੀ, ਉਹਨੇ ਬੋਲਣਾ ਇਹਦੇ ਸੰਬੰਧੀ, ਉਹ ਆ ਕੇ ਬੋਲਦਾ ਸੀ। ਉਦੋਂ ਤੱਕ ਪਤਾ ਨਹੀਂ ਸੀ ਲੱਗਦਾ, ਅਟਕਲਾਂ ਲੱਗਦੀਆਂ ਰਹਿੰਦੀਆਂ ਸੀ। COVID-19 ਕਰਕੇ ਇਹ ਜਿਹੜੀ ਮੀਟਿੰਗ ਸੀਗੀ ਕੈਮਰਿਆਂ ਦੇ ਥਰੂ ਹੋ ਰਹੀ ਸੀ, ਜਿਹੜੀ ਕਾਂਗਰਸ ਵਰਕਿੰਗ ਕਮੇਟੀ ਜਿਹੜੀ ਮੀਟਿੰਗ ਆ ਉਹ, ਔਰ ਕੈਮਰਿਆਂ ਦੇ ਥਰੂ ਚੱਲਦਿਆਂ ਚੱਲਦਿਆਂ ਇਹਦਾ ਐਕਸ਼ਨ ਰਿਐਕਸ਼ਨ ਜਿਹੜਾ ਸੀਗਾ ਉਹ ਨਾਲ ਦੀ ਨਾਲ ਸਾਹਮਣੇ ਆ ਰਿਹਾ ਸੀਗਾ। ਰਾਹੁਲ ਗਾਂਧੀ ਨੇ ਜਿਹੜੇ ਜੀ ਉਹ ਸਵਾਲ ਥਾਂ ਤੇ ਜਿਹੜੇ 123 ਜਣਿਆਂ ਨੇ ਚਿੱਠੀ ਲਿਖੀ ਸੀ ਉਸ ਮਾਮਲੇ ਦੇ ਉੱਤੇ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਮਿਲੀ ਭੁਗਤ ਦੇ ਨਾਲ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਹੋਇਆ, ਤੇ ਉਹਦੇ ਉੱਤੇ ਮੀਟਿੰਗ ਚ ਕਿਉਂਕਿ ਕੈਮਰੇ ਰਾਹੀਂ ਬੈਠੇ ਕਪਿਲ ਸਿੱਬਲ ਚੁੱਕ ਕੇ ਟਵੀਟ ਜਿਹੜਾ ਜੀ ਉਹ ਕਰ ਦਿੱਤਾ ਵੀ ਇਹ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਇਹ ਸਾਰਾ ਕੁਛ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਤੇ ਹੋਇਆ। ਬਾਹਰ ਟਵੀਟ ਆ ਗਿਆ, ਰੌਲਾ ਮੱਚ ਗਿਆ। ਮੁੜ ਕੇ ਰਾਹੁਲ ਗਾਂਧੀ ਨੇ ਜਿਹੜੀ ਵੀ ਇਹ ਗੱਲ ਕਹੀ ਕਿ ਮੈਂ ਇਸ ਤਰ੍ਹਾਂ ਦਾ ਕੁਛ ਨਹੀਂ ਜਿਹੜਾ ਜੀ ਕਿਹਾ ਸੀਗਾ, ਮੈਂ ਇਹ ਬੀਜੇਪੀ ਦੇ ਨਾਲ ਰਲੀ ਹੋਈ ਜਿਹੜੀ ਜੀ ਉਹ ਕੋਈ ਗੱਲ ਨਹੀਂ ਕੀਤੀ। ਟਵੀਟ ਡਿਲੀਟ ਹੋ ਗਿਆ। ਜਿਹੜਾ ਐਕਚੁਅਲੀ ਚੱਲ ਰਿਹਾ ਸਾਰਾ ਕਿ ਕਿਹਦੇ ਕੋਲੇ ਜਿਹੜੀ ਜਾਵੇ, ਜੇ ਗਾਂਧੀ ਪਰਿਵਾਰ ਤੋਂ ਪਾਸੇ ਹਟਿਆ ਜਾਵੇ ਤੇ ਫਿਰ ਉਹ ਕਿਹੜਾ ਨੇਤਾ ਸਾਹਮਣੇ ਆਵੇ, ਜੇ ਕੋਈ ਨੇਤਾ ਸਾਹਮਣੇ ਆਊਗਾ ਤਾਂ ਕੀ ਗਾਂਧੀ ਪਰਿਵਾਰ ਤੋਂ ਬਿਨਾਂ ਉਹ ਚੱਲ ਸਕੂਗਾ, ਇਹ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੋ ਗਿਆ। ਐਕਚੁਅਲੀ ਜਿਹੜੇ ਕ੍ਰਿਕਟ ਦੇ ਜਾਣਕਾਰ ਨੇ ਉਹ ਜਾਣਦੇ ਨੇ ਕਿ ਵੈਸਟ ਇੰਡੀਜ਼ ਦੀ ਜਿਹੜੀ ਟੀਮ ਹੈ ਉਹ ਬੜੀ ਖਤਰਨਾਕ ਹੁੰਦੀ ਸੀ ਕਿਸੇ ਸਮੇਂ, ਔਰ ਸਾਰੀਆਂ ਟੀਮਾਂ ਉਹਦੇ ਮੂਹਰੇ ਖੇਡਣ ਤੋਂ ਡਰਦੀਆਂ ਸੀ ਕਿਉਂਕਿ ਉਹਨਾਂ ਦੀ ਅੱਗ ਵਰਾਉਂਦੀਆਂ ਬਾਲਾਂ ਸੀ। ਐਸੇ ਪਲੇਅਰ ਸੀਗੇ ਵਿਸ਼ਵ ਦੇ ਜਿਹੜੇ ਜੀ ਉਹ ਮੰਨੇ ਹੋਏ, ਤੇ ਉਹਨਾਂ ਨੂੰ ਇਹ ਕਦੀ ਲੱਗਿਆ ਹੀ ਨਹੀਂ ਸੀ ਵੀ ਉਹਨਾਂ ਦੀ ਟੀਮ ਕਮਜ਼ੋਰ ਪੈ ਸਕਦੀ। ਪਰ ਗਲਤੀ ਇਹ ਹੋ ਗਈ ਕਿ ਉਹਨਾਂ ਨੇ ਅੱਗੋਂ ਜਿਹੜੇ ਖਿਡਾਰੀ ਸੀ ਉਹ ਤਿਆਰ ਹੀ ਨਾ ਕੀਤੇ, ਇਹ ਭੁੱਲ ਗਏ ਕਿ ਇਹਨਾਂ ਨੇ ਸਦਾ ਤਾਂ ਖੇਡਦੇ ਨਹੀਂ ਰਹਿਣਾ। ਉਹ ਹਾਲਤ ਜਿਹੜੀ ਕਾਂਗਰਸ ਦੀ ਹੋਈ ਹੈ ਇਸ ਵਿੱਚ, ਕਾਂਗਰਸ ਦੇ ਜਿਹੜੀ ਪੁਰਾਣੀ ਲੀਡਰਸ਼ਿਪ ਹੈ, ਬੁੱਢੀ ਲੀਡਰਸ਼ਿਪ ਹੈ, ਉਹਨੇ ਨਵੇਂ ਪਲੇਅਰਾਂ ਨੂੰ ਆਉਣ ਹੀ ਨਹੀਂ ਦਿੱਤਾ। ਕਾਂਗਰਸ ਨੇ ਲੰਬਾ ਸਮਾਂ ਸੱਤਾ ਹੰਢਾਈ, ਉਹਦੇ ਦਿਮਾਗ 'ਚੋਂ ਇਹ ਗੱਲ ਨਿਕਲੀ ਗਈ ਕਿ ਜਦੋਂ ਜਿਹੜੇ ਸੱਤਾ ਦੇ ਵਿੱਚ ਨੇ ਇਹ ਲੋਕ ਜਿਹੜੇ ਰਿਟਾਇਰ ਹੋ ਜਾਣਗੇ, ਅੱਗੋਂ ਇਹਨੂੰ ਕੌਣ ਜਿਹੜਾ ਜੀ ਸੰਭਾਲੂਗਾ, ਤੇ ਉਹ ਨਵੀਂ ਲੀਡਰਸ਼ਿਪ ਜਿਹੜੀ ਸੀ ਉਹ ਪਨਪਮੀ ਸਕੀ, ਉਹ ਸਾਹਮਣੇ ਨਹੀਂ ਆ ਸਕੀ। ਪਿਛਲੇ ਦਿਨਾਂ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਜਿਹੜਾ ਸੀ ਉਹ ਬੁੱਢੀ ਲੀਡਰਸ਼ਿਪ ਦੇ ਵਿੱਚੋਂ ਉਹਨੇ ਨਹੀਂ ਆਉਣ ਦਿੱਤਾ, ਮੂਹਰੇ ਸਿੰਧੀਆ ਨੂੰ ਨੁਕਸਾਨ ਕਰਾ ਲਿਆ, ਸਰਕਾਰ ਤੱਕ ਜਿਹੜੀ ਵੀ ਉਹ ਚਲੇ ਗਈ। ਰਾਜਸਥਾਨ ਦੇ ਵਿੱਚ ਇੱਕ ਮਹੀਨਾ ਕੀ ਹੁੰਦਾ ਰਿਹਾ, ਸਭ ਦੇ ਸਾਹਮਣੇ ਆ ਕਿ ਅਸ਼ੋਕ ਗਹਿਲੋਤ ਦਾ ਜ਼ੋਰ ਇਹ ਲੱਗਿਆ ਕਿ ਮੇਰਾ ਮੁੰਡਾ ਸਾਹਮਣੇ ਆਵੇ, ਉੱਥੇ ਸਚਿਨ ਪਾਇਲਟ ਨਹੀਂ ਆਉਣਾ ਚਾਹੀਦਾ। ਹਾਲਾਂਕਿ ਹੈ ਸਚਿਨ ਪਾਇਲਟ ਵੀ ਜਿਹੜਾ ਵੀ ਉਸੇ ਹੀ ਇੱਕ ਰਾਜਨੀਤਿਕ ਪਰਿਵਾਰ ਦੇ ਵਿੱਚੋਂ, ਇੱਥੇ ਹੀ ਗਲਤੀਆਂ ਜਿਹੜੀਆਂ ਦੀ ਬਹੁਤੀਆਂ ਪਾਰਟੀਆਂ ਨੇ ਕੀਤੀਆਂ। ਕਾਂਗਰਸ ਦੀ ਖਾਸ ਤੌਰ ਦੇ ਉੱਤੇ ਜਿਹੜੀ ਮੌਜੂਦਾ ਸਥਿਤੀ ਆ ਉਹ ਇਸ ਕਰਕੇ ਹੋਈ ਕਿ ਇਹਨਾਂ ਨੇ ਨਵੀਂ ਲੀਡਰਸ਼ਿਪ ਜਿਹੜੀ ਉਹ ਸਾਹਮਣੇ ਨਹੀਂ ਆਉਣ ਦਿੱਤੀ। ਲੈ ਦੇ ਕੇ 7 ਘੰਟੇ ਤੋਂ ਬਾਅਦ ਹੋਇਆ ਇਹ ਕਿ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਜਿਹੜੀ ਆ ਜੀ ਉਹ ਆਰੰਭੀ ਜਾਵੇ, ਤੇ ਉਦੋਂ ਤੱਕ ਅਜੇ ਸੋਨੀਆ ਗਾਂਧੀ ਹੋਰਾਂ ਨੂੰ ਇੰਟਰਮ ਪ੍ਰੈਜੀਡੈਂਟ ਜਿਹੜਾ ਜੀ ਉਹ ਰਹਿਣ ਦਿੱਤਾ ਜਾਵੇ। ਅਗਲੇ 6 ਮਹੀਨਿਆਂ ਤੱਕ ਸੋਨੀਆ ਗਾਂਧੀ ਹੋਰੀ ਪ੍ਰਧਾਨ ਬਣੇ ਰਹਿਣਗੇ। ਅਸਲ ਕਹਾਣੀ ਜਿਹੜੀ ਹੈ ਜੀ ਇੱਕ ਇਹਦੇ ਵਿੱਚ ਪੁਆਇੰਟ ਵੱਡਾ ਇਹ ਵੀ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਤਾਂ ਬਣਨਾ ਚਾਹੁੰਦਾ, ਪਰ ਉਹ ਇਹ ਸੋਚਦਾ ਕਿ ਜੇ CWC ਜਿਹੜੀ ਕਾਂਗਰਸ ਵਰਕਿੰਗ ਕਮੇਟੀ ਆ ਉਹਦੀ ਚੋਣ ਹੋਵੇ, ਉਹਦੀ ਚੋਣ ਕਰਕੇ ਜਿਹੜਾ ਜੀ ਉੱਥੇ ਮੈਂਬਰ ਆਉਣ ਨਵੇਂ, ਫਿਰ ਇਹ ਬੁੱਢੀ ਲੀਡਰਸ਼ਿਪ ਜਿਹੜੀ ਜੀ ਉਹ ਪਿੱਛੇ ਹੋਵੇ। ਜਿਹੜੀ ਬੁੱਢੀ ਲੀਡਰਸ਼ਿਪ ਹੈ ਉਹਨੂੰ ਇਹ ਪਤਾ ਹੈ ਕਿ ਜੇ ਚੋਣ ਕਰਕੇ CWC ਬਣੀ ਤੇ ਫਿਰ ਉਹਨਾਂ ਦਾ ਨੰਬਰ ਜਿਹੜਾ ਜੀ ਉਹ ਨਹੀਂ ਲੱਗਣਾ, ਇਸ ਕਰਕੇ ਉਹ CWC ਦੀ ਚੋਣ ਨਹੀਂ ਹੋਣ ਦੇਣਾ ਚਾਹੁੰਦੇ।
ਜਿਹੜੀ 123 ਮੈਂਬਰਾਂ ਨੇ ਚਿੱਠੀ ਲਿਖੀ ਹੈ ਉਹ ਇਸੇ ਕਰਕੇ ਇੱਕ ਕਿਸਮ ਦੇ ਨਾਲ ਜਿਹੜੀ ਲਿਖੀ ਹੈ ਇਹ ਦੱਸਣ ਦੇ ਵਾਸਤੇ ਵੀ ਅਸੀਂ ਬੈਠੇ ਹਾਂ, ਨਹੀਂ ਤਾਂ ਅਸੀਂ ਫਿਰ ਖਲਾਰਾ ਜਿਹੜਾ ਵੀ ਉਹ ਪਾਵਾਂਗੇ। ਅਸਲ ਕਹਾਣੀ ਜਿਹੜੀ ਵੀ ਇੱਥੇ ਰੁਕੀ ਹੋਈ ਹੈ ਸਹੀ ਮਾਇਨੇ ਦੇ ਵਿੱਚ, ਤੇ ਜੇ ਕਾਂਗਰਸ ਅਗਲੇ 6 ਮਹੀਨਿਆਂ ਦੇ ਵਿੱਚ ਫਿਰ ਜਿਹੜਾ ਵੀ ਉੱਥੇ ਰਹਿੰਦੀ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਉਹ ਵਿਰੋਧੀ ਧਿਰ ਵੀ ਨਹੀਂ ਬਣ ਸਕੀ, ਤੇ ਉਦੋਂ ਬਾਅਦ ਜਿਹੜਾ ਵੀ ਕੀ ਹੋਣਾ 24 ਦੇ ਵਿੱਚ ਜੇ ਆਹ ਹਾਲਾਤ ਨੇ, ਤੇ ਤੁਸੀਂ ਇਹ ਲਾ ਕੇ ਚੱਲੋ ਵੀ ਭਾਜਪਾ ਦੀ ਧਰਮ ਹੋਰ ਇੱਕ ਪੱਕੀ ਹੈ। ਬਿਲਕੁਲ ਬਿਲਕੁਲ ਦਿਸਦਾ ਹੀ ਆ ਉਹ ਤਾਂ ਅੱਗੇ, ਤੇ ਅੱਗੇ ਕਰਦੇ ਹਾਂ। ਅਕਾਲ ਤਖ਼ਤ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਆ, ਉਸ ਦੇ ਵਿੱਚ ਹੀ ਹੁਣ ਸਾਰੇ ਉਲਝ ਗਏ। ਦੇਖੋ ਜਿਹੜਾ ਐਕਚੁਅਲੀ ਇਹ ਢੱਡਰੀਆਂ ਵਾਲੇ ਦੇ ਦੀਵਾਨ ਰੋਕੇ ਆ ਅਕਾਲ ਤਖ਼ਤ ਦੇ ਜਥੇਦਾਰ ਹੋਰਾਂ ਨੇ, ਕੱਲ ਐਕਚੁਅਲੀ ਜਥੇਦਾਰ ਸਾਹਿਬ ਉਖੜੇ ਉਖੜੇ ਲੱਗੇ, ਮੀਡੀਆ ਦੇ ਸਾਹਮਣੇ ਨਹੀਂ ਆਏ, ਔਰ ਉਹਨਾਂ ਨੇ ਇੱਕ ਵੀਡੀਓ ਜਿਹੜੀ ਜੀ ਉਹ ਬਣਾ ਕੇ ਭੇਜ ਦਿੱਤੀ, ਸਵਾਲ ਨਹੀਂ ਲਏ। ਇਕਬਾਲ ਸਿੰਘ ਪ੍ਰਤੀ ਇਹ ਕਹਿਤਾ ਜੀ ਕਿ ਅਸੀਂ ਉਹਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ, ਚਲੋ ਤੁਸੀਂ ਉਹਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ, ਜੋ ਉਹਨੇ ਕਿਹਾ ਉਹਨੇ ਕਿਉਂ ਕਿਹਾ, ਜਾਂ ਜਿਹੜੀ ਗੋਬਿੰਦ ਰਮਾਇਣ ਦਾ ਜ਼ਿਕਰ ਪ੍ਰਧਾਨ ਮੰਤਰੀ ਹੋਰਾਂ ਨੇ ਕੀਤਾ ਉਹ ਕਿੱਥੋਂ ਆਈ, ਉਹ ਕਿੰਨ ਜਿਹੜਾ ਜੀ ਉਹ ਛਾਪੀ ਇਸ ਮਾਮਲੇ ਦੇ ਉੱਤੇ ਜਿਹੜਾ ਸੀ ਜੀ ਉਹ ਜਥੇਦਾਰ ਸਾਹਿਬ ਚੁੱਪ ਕਰ ਗਏ, ਕੁਛ ਵੀ ਨਹੀਂ ਜਿਹੜਾ ਜੀ ਕਿਹਾ। ਇਹ ਕਹਿਤਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਦੀਵਾਨ ਨੇ ਉਹ ਕੋਈ ਗੁਰਦੁਆਰਾ ਨਾ ਲਵਾਵੇ, ਕਿਤੇ ਉਹਨੂੰ ਦੀਵਾਨ ਨਾ ਉਹਦੇ ਲਵਾਏ ਜਾਣ, ਜੇ ਕੋਈ ਲਵਾਊਗਾ ਤੇ ਉਹ ਉੱਥੇ ਪੈਦਾ ਹੋਣ ਵਾਲੀ ਮਾੜੀ ਸਥਿਤੀ ਦਾ ਜ਼ਿੰਮੇਵਾਰ ਹੋਊਗਾ। ਇਹ ਵੀ ਗੱਲ ਜਿਹੜੀ ਜੀ ਜਥੇਦਾਰ ਸਾਹਿਬ ਨੇ ਕਹਿ ਦਿੱਤੀ, ਮਤਲਬ ਇਹਦਾ ਜਿਹੜਾ ਇਹ ਵੀ ਕੱਢਿਆ ਜਾ ਰਿਹਾ ਵੀ ਫਿਰ ਕੋਈ ਛਬੀਲ ਲਾਊਗਾ ਜੀ, ਸ਼ਾਇਦ ਇਹ ਉਹਦਾ ਜਿਹੜਾ ਜੀ ਰੀਜ਼ਨ ਹੋਵੇ। ਹਾਲਾਂਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਦੂਜੇ ਪਾਸੇ ਇਹ ਦਾਅਵਾ ਜਿਹੜਾ ਜੀ ਉਹ ਕਰ ਰਿਹਾ ਕਿ ਮੈਂ ਤਾਂ ਫਰਵਰੀ ਤੋਂ ਦੀਵਾਨ ਬੰਦ ਕੀਤੇ ਹੋਏ ਆ। ਇਹਦੇ ਚ ਜਥੇਦਾਰ ਸਾਹਿਬ ਕੁਛ ਹਾਈਟੈਕ ਵੀ ਹੋ ਗਏ, ਇਹ ਵੀ ਕਹਿਤਾ ਕਿ ਉਹਦੀਆਂ ਵੀਡੀਓ ਨਾ ਸੁਣੀਆਂ ਜਾਣ ਤੇ ਉਹਦੇ ਉਸ ਵੀਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ। ਉਹਨ ਆਪਣਾ ਬਿਆਨ ਜਿਹੜਾ ਆਪਣਾ ਪ੍ਰਤੀਕਰਮ ਸੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਉਹ ਵੀ ਸੋਸ਼ਲ ਮੀਡੀਆ ਦੇ ਰਾਹੀਂ ਦਿੱਤਾ, ਆਪਣੇ ਚੈਨਲ ਜਿਹੜਾ ਸੋਸ਼ਲ ਮੀਡੀਆ ਤੇ ਚੱਲਦਾ ਉਹਦੇ ਰਾਹੀਂ ਦਿੱਤਾ। ਜੇ ਤੁਸੀਂ ਉਹਦੀ ਯੂਟਿਊਬ ਦੇਖ ਲਓ ਜਾਂ ਜਿਹੜਾ ਉਹਦਾ ਪੇਜ ਜਿਹੜਾ ਉਹ ਦੇਖ ਲਓ, ਉਹਦੇ ਉੱਤੇ ਕਿੰਨੇ ਲੋਕਾਂ ਨੇ ਸ਼ੇਅਰ ਕੀਤਾ, ਕਿੰਨੇ ਲੋਕਾਂ ਨੇ ਉਹ ਵੇਖਿਆ, ਉਹ ਆਪਣੇ ਆਪ ਦੇ ਵਿੱਚ ਜਿਹੜਾ ਵੀ ਇੱਕ ਸਵਾਲ ਖੜਾ ਹੋ ਗਿਆ ਕਿ ਕੀ ਇਹ ਸਾਰੇ ਲੋਕ ਜਿਹੜੇ ਨੇ ਉਹ ਅਕਾਲ ਤਖ਼ਤ ਦੇ ਉੱਤੇ ਸੱਦੇ ਜਾਣਗੇ। ਦੂਜਾ ਜਿਹੜਾ ਜੀ ਉਹ ਇਹਦੇ ਵਿੱਚ ਇਹ ਵੀ ਕਹਿ ਰਿਹਾ ਕਿ ਚੈਨਲ ਦੇ ਉੱਤੇ ਆ ਜਾਓ, ਕੱਟੀਆਂ ਵੱਡੀਆਂ ਵੀਡੀਓਜ਼ ਨਾ ਲਿਆਓ, ਦੂਜੀਆਂ ਵੀਡੀਓਜ਼ ਜਿਹੜੀਆਂ ਜੀ ਮੈਂ ਲਿਆਉਣਾ ਜੇ ਮੇਰਾ ਕਸੂਰ ਹੈ ਤੇ ਮੈਨੂੰ ਫਿਰ ਜਿਹੜਾ ਜੀ ਉਹ ਛੇਕ ਦਿਓ। ਹਾਲਾਂਕਿ ਛੇਕਣ ਵਾਲਾ ਜਿਹੜਾ ਲਫ਼ਜ਼ ਹੈ ਉਹ ਅਕਾਲ ਤਖ਼ਤ ਤੋਂ ਜਾਰੀ ਹੋਇਆ ਜਿਹੜਾ ਕੱਲ੍ਹ ਫੈਸਲਾ ਹੈ ਉਹਦੇ ਵਿੱਚ ਨਹੀਂ ਹੈਗਾ, ਛੇਕਿਆ ਨਹੀਂ ਜਿਹੜਾ ਜੀ ਉਹ ਗਿਆ, ਉਹਦੇ ਦੀਵਾਨ ਜਿਹੜੇ ਆ ਉਹ ਰੋਕੇ ਗਏ ਆ। ਇਹ ਕਿਹਾ ਕਿ ਉਹ ਅਕਾਲ ਤਖ਼ਤ ਤੇ ਆ ਕੇ ਮੁਆਫ਼ੀ ਮੰਗੇ, ਪਰ ਇਸ ਮਾਮਲੇ ਦੇ ਉੱਤੇ ਵੀ ਚੁੱਪ ਵਰਤ ਲਈ ਗਈ ਕਿ ਕਿਹੜੀ ਚੀਜ਼ ਦੇ ਮਾਮਲੇ ਦੇ ਉੱਤੇ ਮੁਆਫ਼ੀ ਮੰਗੇ, ਕਿਉਂਕਿ ਇਹ ਜਨਤਕ ਹੋਣੀ ਚਾਹੀਦੀ ਹੈ। ਜੇ ਉਹ ਕਮੇਟੀ ਬਣੀ ਸੀ ਉਹਨੇ ਕੀ ਉਹਦੇ ਵਿੱਚ ਜਿਹੜਾ ਜੀ ਉਹ ਗਲਤ ਪਾਇਆ, ਇਹ ਨਹੀਂ ਜਿਹੜਾ ਜੀ ਉਹ ਦੱਸਿਆ ਗਿਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਹਨੂੰ ਉਹਨੇ ਗਲਤ ਪਾਇਆ, ਕੀ ਉਹਦੇ ਵਿੱਚ ਸੀ, ਉਹ ਮੁਆਫ਼ੀ ਮੰਗੇ, ਕਿਸ ਚੀਜ਼ ਦੀ ਮੁਆਫ਼ੀ ਜਿਹੜੀ ਹੈ ਜੀ ਉਹ ਮੰਗੇ। ਸੁੱਚਾ ਸਿੰਘ ਲਗਾ ਵਾਲੇ ਮਾਮਲੇ 'ਚ ਕਹਿ ਦਿੱਤਾ ਗਿਆ ਕਿ ਉਹਨੂੰ ਮਾਫ਼ੀ ਜਿਹੜੀ ਅਕਾਲ ਤਖ਼ਤ ਨੇ ਨਹੀਂ ਜਿਹੜਾ ਜੀ ਉਹ ਦਿੱਤੀ। ਸੋ ਇਹ ਗੋਲਮੋਲ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਜੀ ਉਹ ਆਈਆਂ, ਪਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਰਹੀ ਕਿ ਜਥੇਦਾਰ ਸਾਹਿਬ ਸਵਾਲਾਂ ਤੋਂ ਕਿਉਂ ਜਿਹੜਾ ਉਹ ਬਚਦੇ ਰਹੇ, ਉਹ ਸਵਾਲਾਂ ਦਾ ਸਾਹਮਣਾ ਕਿਉਂ ਨਹੀਂ ਜਿਹੜਾ ਜੀ ਉਹ ਕਰ ਰਹੇ। ਸ਼ਾਇਦ ਇਹਦੇ ਪਿੱਛੇ ਵੱਡਾ ਜਿਹੜਾ ਨਾ ਜੀ ਰੀਜ਼ਨ ਉਹ ਇਕਬਾਲ ਸਿੰਘ ਦਾ ਬਿਆਨ ਤੇ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਗੋਬਿੰਦ ਰਮਾਇਣ ਦਾ ਜਿਹੜਾ ਜੀ ਉਹ ਜ਼ਿਕਰ ਕਰਨਾ, ਇਹ ਅਹਿਮ ਜਿਹੜਾ ਜੀ ਪੱਖ ਹੈ ਕਿ ਇਹ ਜੇ ਸਵਾਲ ਆਉਣਗੇ ਤਾਂ ਉਹ ਅਕਾਲੀ ਦਲ ਬਾਦਲ ਨੂੰ ਜਿਹੜਾ ਜੀ ਉਹ ਮੁਸ਼ਕਲ 'ਚ ਪਾ ਸਕਦੇ ਆ। ਇਸ ਕਰਕੇ ਮੀਡੀਆ ਦੇ ਸਾਹਮਣੇ ਆਉਣ ਤੋਂ ਬਚੇ ਜਥੇਦਾਰ ਅਕਾਲ ਤਖ਼ਤ ਜੀ। ਅੱਗੇ ਗੱਲ ਕਰਦੇ ਹਾਂ ਪ੍ਰਸ਼ਾਂਤ ਭੂਸ਼ਣ ਦੀ, ਉਹਨਾਂ ਨੇ ਕਿਹਾ ਕਿ ਮੈਂ ਮਾਫ਼ੀ ਨਹੀਂ ਮੰਗਾਂਗਾ। ਦੇਖੋ ਇਹ ਮਾਮਲਾ ਅੱਜ ਵੀ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਆ ਸਕਦਾ, ਜਿਹੜਾ ਜੀ ਸੁਪਰੀਮ ਕੋਰਟ ਵੀ ਕਿਸਮ ਦੇ ਨਾਲ ਇਹਨੂੰ ਅੱਗੇ ਟਾਲ ਰਿਹਾ, ਉਹਨੂੰ ਇਸ ਗੱਲ ਦੀ ਉਮੀਦ ਸੀ ਕਿ ਇਸ ਮਾਮਲੇ ਦੇ ਉੱਤੇ ਪ੍ਰਸ਼ਾਂਤ ਭੂਸ਼ਣ ਉਹਦੀ ਮਾਫ਼ੀ ਮੰਗ ਲੈਣਗੇ ਤੇ ਬੰਦੇ ਬੰਦੇ ਜਿਹੜੀ ਜੀ ਸੁਪਰੀਮ ਕੋਰਟ ਦੀ ਹੋ ਜੂਗੀ, ਕੱਲ੍ਹ ਨੂੰ ਉਹ ਕੋਈ ਗੱਲ ਕਰਨ ਜੋਗੇ ਨਹੀਂ ਰਹਿਣਗੇ। ਜਦੋਂ ਕੋਈ ਗੱਲ ਕਰੂ ਤਾਂ ਫਿਰ ਉਹ ਇਹ ਕਹਿਣਗੇ ਪਹਿਲਾਂ ਮਾਫ਼ੀ ਮੰਗੀ ਸੀ, ਹੁਣ ਫਿਰ ਸਵਾਲ ਜਿਹੜਾ ਜੀ ਉਠਾ ਰਿਹਾ। ਇੱਥੇ ਸਿਚੁਏਸ਼ਨ ਜਿਹੜੀ ਨਾ ਜੀ ਕੁਛ ਉਲਟ ਹੁੰਦੀ ਦਿਸ ਰਹੀ ਆ। ਇੱਕ ਤਾਂ ਜਿਹੜਾ ਇੱਕ ਵੱਡਾ ਵਰਗ ਹੈ, ਇੰਟਲੈਕਚੁਅਲ ਵਰਗ ਹੈ, ਉਹ ਪ੍ਰਸ਼ਾਂਤ ਭੂਸ਼ਣ ਦੀ ਪਿੱਠ ਦੇ ਉੱਤੇ ਆ ਕੇ ਖੜਾ ਹੋ ਗਿਆ। ਇਹਦੇ ਵਿੱਚ ਰਿਟਾਇਰਡ ਜੱਜ ਵੀ ਨੇ, ਇਹਦੇ ਵਿੱਚ ਵਕੀਲ ਵੀ ਨੇ, ਇਹਦੇ ਵਿੱਚ ਸਮਾਜ ਸੇਵੀ ਜਿਹੜੇ ਨੋਨ ਜਿਹੜੇ ਅਕਸਰ ਆਪਣੀਆਂ ਤਿੱਖੀਆਂ ਟਿੱਪਣੀਆਂ ਦੇ ਵਾਸਤੇ ਜਾਣੇ ਜਾਂਦੇ ਨੇ, ਉਹ ਸਾਰੇ ਜਿਹੜੇ ਦੀ ਆ ਕੇ ਖੜੇ ਹੋ ਗਏ ਕਿ ਜਦੋਂ ਕੋਈ ਗਲਤੀ ਨਹੀਂ ਹੈਗੀ ਤੇ ਫਿਰ ਮੁਆਫ਼ੀ ਜਿਹੜੀ ਵੀ ਕਿਸ ਦੀ। ਟਵੀਟ ਜਿਹੜੇ ਨੇ ਉਹ ਕਿਸੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਨਹੀਂ ਹੈਗੇ, ਉਹ ਜੇ ਤਾਂ ਫੈਸਲੇ ਦੇ ਉੱਤੇ ਫਿਰ ਤਾਂ ਕੰਟੈਂਪਟ ਆਫ ਕੋਰਟ ਜਿਹੜਾ ਵੀ ਉਹ ਬਣਦਾ,
ਫਿਰ ਤਾਂ ਇਹ ਕਿਹਾ ਜਾ ਸਕਦਾ ਕਿ ਜੀ ਦੇਖੋ ਅਦਾਲਤ ਨੇ ਫੈਸਲਾ ਦਿੱਤਾ ਸੀ, ਸੁਪਰੀਮ ਕੋਰਟ ਨੇ, ਉਹਦੇ ਉੱਤੇ ਤੁਸੀਂ ਬਿਨਾਂ ਜਾਣੇ ਤੋਂ ਕਿੰਤੂ ਤੂੰ ਕਿਉਂ ਕੀਤਾ, ਕਿਸੇ ਫੈਸਲੇ ਦੇ ਉੱਤੇ ਉਹ ਕਿੰਤੂ ਪਰੰਤੂ ਨਹੀਂ ਗਾ। ਔਰ ਇਹ ਦੋ ਟਵੀਟਾਂ ਦੀ ਗੱਲ ਹੈ, ਟਵੀਟ ਦੇ ਉੱਤੇ ਹੀ ਇਹ ਉਹਨੂੰ ਦੋਸ਼ੀ ਠਹਿਰਾ ਦੇਣਾ ਔਰ ਹੁਣ ਇਹ ਕਹਿਣਾ ਕਿ ਜਾਂ ਤਾਂ ਮਾਫ਼ੀ ਮੰਗ ਜਾਂ ਫਿਰ ਸਜ਼ਾ ਸੁਣਾਵਾਂਗੇ। ਉਹਨੇ ਇਹ ਗੱਲ ਜਿਹੜੀ ਵੀ ਕਹਿਤੀ ਹੈ ਕਿ ਮੈਂ 24 ਅਗਸਤ ਤੱਕ ਉਹਨੇ ਕਿਹਾ ਸੀਗਾ ਕਿ ਮਾਫ਼ੀ ਜਿਹੜੀ ਵੀ ਉਹ ਮੰਗ ਲੈਣ, 24 ਅਗਸਤ ਲੰਘ ਗਈ, ਅੱਜ 25 ਹੋ ਗਈ ਸਾਡੇ ਇਸ ਮੁਤਾਬਕ। ਅੱਜ ਹੁਣ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕੀ ਕਹਿੰਦਾ, ਇਹ ਇਹਤੋਂ ਪਹਿਲਾਂ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਬਿਆਨ ਸਦਭਾਵਨਾ ਭਰੇ ਸੀ ਤੇ ਜੇ ਮੈਂ ਮਾਫ਼ੀ ਮੰਗਦਾ ਹਾਂ ਤੇ ਇਹ ਮੇਰੀ ਜ਼ਮੀਰ ਤੇ ਉਹ ਸੰਸਥਾਨ ਜਿਹੜਾ ਸੁਪਰੀਮ ਕੋਰਟ ਹੈ ਉਹਦੀ ਹੱਦ ਤੱਕ ਹੋਊਗੀ ਜਿਹਦੇ ਵਿੱਚ ਮੈਂ ਸਭ ਤੋਂ ਵੱਧ ਵਿਸ਼ਵਾਸ ਰੱਖਦਾ। ਇਹ ਬੜੀ ਟੈਕਨੀਕਲ ਲੈਂਗੁਏਜ ਹੈ ਪ੍ਰਸ਼ਾਂਤ ਭੂਸ਼ਣ ਹੋਰਾਂ ਦੀ, ਕਿਉਂਕਿ ਉਹ ਸੁਪਰੀਮ ਕੋਰਟ ਦੇ ਬਾਹਰ ਵਕੀਲ ਨੇ ਜਿਹੜੇ ਜਿਸ ਭਾਸ਼ਾ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕੀਤੀ ਹੈ ਕਿ ਮੇਰੇ ਬਿਆਨ ਸਦਭਾਵਨਾ ਭਰੇ ਸੀ ਤੇ ਜੇ ਮੈਂ ਮਾਫ਼ੀ ਮੰਗਦਾ ਤੇ ਮੇਰੀ ਜ਼ਮੀਰ ਤੇ ਸੁਪਰੀਮ ਕੋਰਟ ਦੀ ਹੱਦ ਤੱਕ ਹੋਊਗੀ ਜਿਹਦੇ ਵਿੱਚ ਮੈਂ ਸਭ ਤੋਂ ਵੱਧ ਵਿਸ਼ਵਾਸ ਰੱਖਦਾ। ਐਡਵੋਕੇਟ ਕਾਮਨੀ ਜੈਸਵਾਲ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੇ ਜ਼ਿਮਨੀ ਬਿਆਨ ਦੇ ਵਿੱਚ ਭਾਰਤ ਭੂਸ਼ਣ ਨੇ ਕਿਹਾ ਕਿ ਅੱਜ ਦੇ ਪਰੇਸ਼ਾਨੀ ਭਰੇ ਦੌਰ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਜੇ ਕਿਸੇ ਤੋਂ ਉਮੀਦ ਹੈ ਤਾਂ ਉਹ ਸੁਪਰੀਮ ਕੋਰਟ ਤੋਂ ਹੈ, ਤਾਂ ਕਿ ਦੇਸ਼ ਦੇ ਵਿੱਚ ਅਮਨ ਕਾਨੂੰਨ ਤੇ ਸੰਵਿਧਾਨ ਨੂੰ ਕਾਇਮ ਰੱਖਿਆ ਜਾ ਸਕੇ, ਨਾ ਕਿ ਕਿਸੇ ਨਿਰੰਕੁਸ਼ ਵਿਵਸਥਾ ਨੂੰ ਜਿਹਦਾ ਕੋਈ ਭਾਵ ਨਾ ਰਹੇ। ਉਹਨੇ ਇਹ ਗੱਲ ਲਿਖੀ ਹੈ ਕਿ ਇਹੀ ਵਜ੍ਹਾ ਕਿ ਜਦੋਂ ਚੀਜ਼ਾਂ ਭਟਕਦੀਆਂ ਦਿਸਣ ਤਾਂ ਅਸੀਂ ਬੋਲੀਏ। ਆਪਣੇ ਬਿਆਨ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਇਸ ਅਦਾਲਤ ਤੋਂ ਮਿਲਿਆ ਜ਼ਿੰਮੇਵਾਰੀ ਦਾ ਅਹਿਸਾਸ ਸਾਨੂੰ ਇਹ ਕਰਤੱਵ ਦਿੰਦਾ ਕਿ ਅਸੀਂ ਬੋਲਦੇ ਰਹੀਏ। ਭਾਰਤ ਦੇ ਨਾਮੀ ਵਕੀਲਾਂ ਦੇ ਵਿੱਚੋਂ ਇੱਕ ਜਿਹੜੇ ਜੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਕਿਹਾ ਜੀ ਕਿ ਉਹ ਮਾਫ਼ੀ ਨਹੀਂ ਮੰਗਣਗੇ, ਸਜ਼ਾ ਹੱਸ ਕੇ ਕਬੂਲ ਜਿਹੜਾ ਜੀ ਉਹ ਕਰਨਗੇ। ਇਸ ਜਵਾਬ ਦੇ ਵਿੱਚ ਉਹਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਟਵੀਟ ਮੇਰੇ ਭਰੋਸੇ ਦਾ ਪ੍ਰਤੀਕ ਨੇ ਤੇ ਮੈਂ ਇਹਨਾਂ ਦੇ ਉੱਤੇ ਕਾਇਮ ਹਾਂ। ਲੋਕਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮੇਰੇ ਤੇ ਕੀਤਾ ਗਿਆ ਭਰੋਸਾ ਵੀ ਮੈਨੂੰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਾਸਤੇ ਕਹਿੰਦਾ। ਅੱਜ ਦਾ ਦਿਨ ਬੜਾ ਅਹਿਮ ਹੋਊਗਾ, ਜਾਂ ਤਾਂ ਸੁਪਰੀਮ ਕੋਰਟ ਇਹ ਫੈਸਲਾ ਕੁਛ ਦਿਨ ਲਈ ਹੋਰ ਅੱਗੇ ਟਾਲੂਗਾ ਤਾਂ ਕਿ ਇਹਨੂੰ ਟਾਲ ਮਟੋਲ ਚ ਕੱਢਿਆ ਜਾਵੇ। ਜੇ ਸਜ਼ਾ ਸੁਣਾਉਂਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਇੱਕ ਜ਼ਰੂਰਤ ਪੈਦਾ ਹੋ ਗਈ ਆ ਜਿਹੜੇ ਇਸ ਇੰਟਲੈਕਚੁਅਲ ਵਰਗ ਦੇ ਵਿੱਚ ਜਿਹਦੇ ਵਿੱਚ ਵਕੀਲ ਭਾਈਚਾਰਾ ਸ਼ਾਮਿਲ ਹੈ, ਸਾਬਕਾ ਜੱਜ ਜਿਹੜੇ ਸ਼ਾਮਿਲ ਨੇ, ਉਹਨਾਂ ਦੇ ਜਿਹੜੇ ਕਿੰਤੂ ਪਰੰਤੂ ਮੇਰਾ ਖਿਆਲ ਉਹ ਤਿੱਖੇ ਹੋਰ ਹੋ ਜਾਣਗੇ ਜੇ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਫੈਸਲਾ ਜਿਹੜਾ ਜੀ ਉਹ ਆਉਂਦਾ ਅੱਜ। ਤੇ ਅਗਲੀ ਗੱਲ ਫਿਰ ਕਰਦੇ ਹਾਂ ਪਾਵਨ ਸਰੂਪ ਵਾਲਾ ਜਿਹੜਾ ਮਾਮਲਾ ਆ ਉਹ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਦੇ ਨੂੰ ਸੌਂਪ ਦਿੱਤਾ ਆ, ਜਿਹੜੀ ਇੱਕ ਕਮੇਟੀ ਬਣਾਈ ਸੀ। ਐਕਚੁਅਲੀ ਕੀ ਆ ਕਿ ਜਿਹੜਾ ਮਾਮਲਾ ਸਾਰੇ ਜਾਣਦੇ ਨੇ ਹੈ ਪੁਰਾਣਾ, 16 ਦਾ ਹੈਗਾ ਜੀ, 20 ਤੋਂ 20 ਦੇ ਵਿੱਚ ਆ ਕੇ ਭਖਿਆ। ਭਖਿਆ ਕਿਉਂ ਉਹ ਵੀ ਸਾਰੇ ਜਾਣਦੇ ਨੇ, ਆਪਾਂ ਉਸ ਪਾਸੇ ਨਾ ਜਾਈਏ ਉਸ ਵਿਸਥਾਰ ਦੇ ਵਿੱਚ ਕਿ ਕਿਉਂ ਇਹ ਭਖਣਾ ਪਿਆ। ਅੰਤਰਿਮ ਕਮੇਟੀ ਨੂੰ 72 ਘੰਟੇ ਦਾ ਨੋਟਿਸ ਦੇ ਕੇ ਮੀਟਿੰਗ ਲਾਈ ਗਈ। ਇਹ ਆਖਿਆ ਗਿਆ ਕਿ ਇੱਕ ਜਿਹੜੇ ਸਾਬਕਾ ਜੱਜ ਨੇ ਉਹ ਉਹਨਾਂ ਤੋਂ ਇਹਦੀ ਜਾਂਚ ਕਰਵਾਉਣ, ਜਥੇਦਾਰ ਸਾਹਿਬ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਛੱਡ ਦਿੱਤਾ ਗਿਆ। ਜਥੇਦਾਰ ਸਾਹਿਬ ਨੇ ਜੱਜ ਲੱਭਿਆ, ਜੱਜ ਜਿਹੜੇ ਸੀਗੇ ਜੀ ਉਹ 2 ਦਿਨ ਦੀ ਜਾਂਚ ਤੋਂ ਬਾਅਦ ਆਪ ਹੀ ਛੱਡ ਗਏ ਜਾਂਚ। ਇਹ ਕਹਿ ਗਏ ਕਿ ਨਿੱਜੀ ਕਾਰਨ ਨੇ, ਨਿੱਜੀ ਕਾਰਨ ਸਭ ਨੂੰ ਪਤਾ ਜੀ ਉਹ ਕੀ ਹੋ ਸਕਦੇ ਆ, ਚਲੋ ਉਹ ਵੀ ਅਟਕਲਾਂ ਨਾ ਲਾਈਏ। ਨਿੱਜੀ ਕਾਰਨ ਜਿਹੜੇ ਜੀ ਦਬਾਅ ਹੋ ਸਕਦਾ ਕਿ ਉਹ ਦਬਾਅ ਦੇ ਵਿੱਚ ਨਹੀਂ ਸੀ ਜਾਂਚ ਜਿਹੜੀ ਕਰਨਾ ਚਾਹੁੰਦੇ, ਇੱਕ ਨਾਲ ਵਕੀਲ ਲਾਇਆ। ਅੱਛਾ ਹੁੰਦਾ ਤਾਂ ਇਹ ਕਿ ਜੇ ਜੱਜ ਸਾਹਿਬ ਛੱਡ ਗਏ ਕਿਸੇ ਹੋਰ ਰਿਟਾਇਰਡ ਸਿੱਖ ਜੱਜ ਨੂੰ ਇਹਦੇ ਸੰਬੰਧੀ ਲਾ ਦਿੱਤਾ ਜਾਂਦਾ। ਵਾਅਦਾ ਤਾਂ ਕੀਤਾ ਗਿਆ ਸੀ ਕਿ ਇੱਕ ਰਿਟਾਇਰਡ ਜੱਜ ਤੋਂ ਜਾਂਚ ਕਰਾਉਣਗੇ, ਹੁਣ ਇਹ ਜਿਹੜੀ ਜਾਂਚ ਹੈ ਇਹ ਕਿਸੇ ਰਿਟਾਇਰਡ ਜੱਜ ਦੀ ਨਹੀਂ ਗੀ, ਇਹ ਇੱਕ ਵਕੀਲ ਦੀ ਜਾਂਚ ਹੈ। ਉਹ ਕਿੰਨੀ ਕੁ ਪੁਖਤਾ ਹੋ ਸਕਦੀ ਹੈ? ਇੱਕ ਨਵਾਂ ਜ਼ਰੂਰ ਜਿਹੜਾ ਜੀ ਉਹਨਾਂ ਨੇ ਖੜਾ ਕਰਨਾ ਕਿ 267 ਸੀਗੇ, 328 ਨੇ ਜਿਹੜੇ ਲਾਪਤਾ ਨੇ, ਜਿਹਨਾਂ ਦਾ ਹਿਸਾਬ ਕਿਤਾਬ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਇਹ ਨਵੀਂ ਉਲਝਣ ਜਿਹੜੀ ਦੀ ਉਹ ਖੜੀ ਕਰ ਦਿੱਤੀ 5 ਜਥੇਦਾਰਾਂ ਦੀ ਜਿਹੜੀ ਨੇ, ਤੇ 267 ਨਹੀਂ 328 ਨੇ। ਕਾਰਵਾਈ ਦੇ ਵਾਸਤੇ ਰਿਪੋਰਟ ਚੁੱਕ ਕੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਤੀ, ਜਿਹਨੇ ਜਥੇਦਾਰ ਸਾਹਿਬ ਕੋਲੇ ਭੇਜੀ ਕਿ ਤੁਸੀਂ ਇਸ ਮਾਮਲੇ ਦੇ ਉੱਤੇ ਜਿਹੜੀ ਜੀ ਉਹ ਕਾਰਵਾਈ ਕਰੋ। ਕਹਿੰਦੇ ਅੰਤਰਿਮ ਕਮੇਟੀ ਉਹ ਸੱਦੀ ਜਾਵੇ ਜਿਹੜੀ 16 ਦੇ ਵਿੱਚ ਸੀ, ਉਹਦੇ ਵਿੱਚੋਂ ਲੱਭੇ ਜਾਣ ਕਿ ਕਿਹੜੇ ਕਿਹੜੇ ਦੋਸ਼ੀ ਸੀ, ਤੇ ਜਿਹੜੇ ਚੀਫ ਸਕੱਤਰ ਸੀ ਉਹਨਾਂ ਨੂੰ ਪੁੱਛਿਆ ਜਾਵੇ, ਪੁੱਛਿਆ ਕੀ ਜਾਵੇ ਕਿ ਇਹ ਇਹਦਾ ਪਸ਼ਚਾਤਾਪ ਕਿਉਂ ਨਹੀਂ ਕੀਤਾ ਗਿਆ, ਇਹ ਪੁੱਛਿਆ ਜਾਵੇ। ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਸਜ਼ਾ ਜਿਹੜੀ ਜੀ ਉਹ ਲਾਈ ਜਾਵੇ। ਇਹ ਨਹੀਂ ਇਹਦੇ ਵਿੱਚੋਂ ਕੁਛ ਵੀ ਲੱਭਿਆ ਗਿਆ ਕਿ ਇਹ ਗਏ ਕਿੱਥੇ। ਜੇ 267 ਨੇ, ਚਲੋ ਹੁਣ ਜਥੇਦਾਰ ਸਾਹਿਬ ਦੀ ਮੰਨ ਲਈ ਜਾਵੇ, ਇਹ 328 ਨੇ, ਇਹ ਗਏ ਕਿੱਥੇ? ਇਹ ਸਭ ਤੋਂ ਵੱਡਾ ਸਵਾਲ ਸੀ। ਇਹ ਜਾਂਚ ਜਨਤਕ ਨਹੀਂ ਕੀਤੀ ਗਈ, ਇਹ ਵੀ ਇੱਕ ਵੱਡਾ ਸਵਾਲ ਹੈ ਜੀ। ਜਿਹੜੇ ਲੋਕ ਸਵਾਲ ਕਰ ਰਹੇ ਆ ਸਿੱਖ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਾਂ ਜਿਹੜੇ ਜਿੰਨੇ ਵੀ ਯਕੀਨ ਕਰਨ ਵਾਲੇ ਨੇ,
ਉਹਨਾਂ ਦੇ ਸਾਹਮਣੇ ਇਹ ਚੀਜ਼ ਆਉਣੀ ਤਾਂ ਚਾਹੀਦੀ ਹੈ ਨਾ ਕਿ ਆਖਿਰ ਊਣ ਤਾਈਆਂ ਕਿੱਥੇ ਰਹੀਆਂ, ਇਹ ਕਿੱਥੇ ਗਏ? ਜਨਤਕ ਕੀਤੀ ਜਾਣੀ ਚਾਹੀਦੀ ਸੀ ਜਾਂਚ, ਜਨਤਕ ਕਿਉਂ ਨਹੀਂ ਕੀਤੀ ਗਈ? ਇੱਕ ਵੱਡਾ ਜਿਹੜਾ ਵੀ ਉਹ ਸਵਾਲ ਹੈ। ਇਹਦੇ ਵਿੱਚ ਜਿਹੜੀ ਨਤੀਜਾ ਰਿਪੋਰਟ ਹੈ ਉਹਦੇ ਵਿੱਚ 1000 ਪੇਜ ਜਿਹੜਾ ਵੀ ਉਹ ਦੱਸਿਆ ਗਿਆ ਕਿ ਜਾਂਚ ਦਾ ਹਿੱਸਾ ਜਿਹੜੇ ਵੀ ਉਹ ਬਣੇ ਨੇ। ਇਹ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਟੋਰ ਲੈਜ਼ਰ ਵਿੱਚ ਠੀਕ ਢੰਗ ਦੇ ਨਾਲ ਦਰਜ ਨਹੀਂ ਕੀਤੇ ਗਏ। ਓਪਨ ਤੇ ਕਲੋਜ਼ਿੰਗ ਲੈਜ਼ਰ ਦੇ ਵਿੱਚ ਵਾਰ ਵਾਰ ਕਟਿੰਗ ਤੇ ਛੇੜਛਾੜ ਕਰਨਾ ਸਾਬਤ ਕਰਦਾ ਹੈ ਕਿ ਰਿਕਾਰਡ ਦੀ ਭੰਨ ਤੋੜ ਕਰਨ ਵਾਲੇ ਵਿਅਕਤੀ ਦੀ ਮਨਸ਼ਾ ਕੁਛ ਹੋਰ ਦਰਸਾ ਰਹੀ ਹੈ। ਸਾਲ 13-14, 14-15 ਦੀਆਂ ਲੈਜ਼ਰਾਂ ਨੂੰ ਚੈੱਕ ਕਰਨ ਦੇ ਉੱਤੇ ਇਹ ਪਾਇਆ ਗਿਆ ਰਿਪੋਰਟ ਜਿਹੜੀ ਜਿੰਨੇ ਪਤਾ ਲੱਗ ਰਿਹਾ ਕਿ ਪ੍ਰੈਸ ਤੇ ਪਬਲੀਕੇਸ਼ਨ ਵਿਭਾਗ ਦੀਆਂ ਲੈਜ਼ਰਾਂ ਦੇ ਵਿੱਚ 18 August 2015 ਨੂੰ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਘੱਟ ਸੀ, ਔਰ ਇਹਦੇ ਵਿੱਚ ਅਧਿਕਾਰੀਆਂ ਕਰਮਚਾਰੀਆਂ ਦੀ ਮਿਲੀ ਭੁਗਤ ਦੇ ਨਾਲ ਪਬਲੀਕੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਜਿਹੜੇ ਅੰਗ ਸੀ ਉਹਨਾਂ ਦੇ ਦਿੱਤੇ ਵਾਧੂ ਅੰਗਾਂ ਦੇ ਉੱਤੇ ਅਣਅਧਿਕਾਰਿਤ ਤਰੀਕੇ ਦੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਕਿਹਨੂੰ ਦਿੱਤੇ ਗਏ? ਇਹਦੀ ਕੋਈ ਵਿਸਥਾਰ ਜਿਹੜਾ ਵੀ ਉਹ ਜਨਤਕ ਨਹੀਂ ਕੀਤਾ ਗਿਆ। ਇਹ ਕਿਹਾ ਗਿਆ ਕਿ ਇੱਕ ਵਾਰੀ ਕਾਸ਼ ਤੇ ਇੱਕ ਵਾਰੀ ਜਿਹੜੇ ਵੀ ਉਹ 12 ਅਣਅਧਿਕਾਰਿਤ ਤੌਰ ਦੇ ਉੱਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਜਿਹੜੇ ਸੀ ਉਹ ਤਿਆਰ ਕੀਤੇ ਗਏ। 18 August 2015 ਤੋਂ ਲੈ ਕੇ 31 May 2020 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਗਈ ਜਿਹੜੀ ਚੈਕਿੰਗ ਆ ਉਹਦੇ ਵਿੱਚ ਕਹਿੰਦੇ ਕਿ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਪਾਈਆਂ ਗਈਆਂ ਕਿ ਇੱਥੇ ਜਿਹੜਾ ਵੀ ਕੁਛ ਗੜਬੜ ਮਤਲਬ ਕਿ ਜਿਹੜੀ ਆ ਉਹ ਹੋਈ ਆ, ਇਹ ਇਹ ਗੱਲ ਜਿਹੜੀ ਵੀ ਆਖੀ ਗਈ। ਹੁਣ ਸਵਾਲ ਇਹਦੇ ਵਿੱਚ ਫਿਰ ਜਿਹੜਾ ਵੀ ਉੱਥੇ ਹੀ ਆ ਕੇ ਖੜਦਾ ਕਿ ਜੇ ਗੜਬੜ ਹੋਈ ਆ ਤੇ ਉਹ ਗੜਬੜ ਕਿਉਂ ਹੋਈ ਹੈ, ਔਰ ਖਾਸ ਤੌਰ ਦੇ ਉੱਤੇ ਇਹ ਗਏ ਕਿੱਥੇ ਨੇ? ਇਹ ਇਸ ਮਾਮਲੇ ਦੇ ਉੱਤੇ ਜਥੇਦਾਰ ਸਾਹਿਬ ਦੀ ਜਿਹੜੀ ਚੁੱਪ ਹੈ ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਇਹ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰ ਸਕਦੀ ਹੈ। ਇਹ ਕਿਹਾ ਜਾਂਦਾ ਕਿ ਜਦੋਂ 16 ਦੇ ਵਿੱਚ ਇਹ ਅੱਗ ਜਿਹੜੀ ਇਸ ਜਗ੍ਹਾ ਨੂੰ ਲੱਗੀ ਆ ਉਹ ਇਹਦਾ ਇੱਕ ਪਾਰਟ ਸੀਗਾ ਕਿ ਇਹ ਰਿਕਾਰਡ ਜਿਹੜਾ ਉਹ ਖਤਮ ਕੀਤਾ ਜਾਵੇ। ਉਹ ਰਿਕਾਰਡ ਕੋਈ ਉਦੋਂ ਰੱਖਿਆ ਹੀ ਨਹੀਂ ਜਿਹੜਾ ਵੀ ਉਹ ਗਿਆ, ਨਾ ਗੋਇੰਦਵਾਲ ਸਾਹਿਬ ਦੇ ਵਿੱਚ ਰਿਕਾਰਡ ਰੱਖਿਆ ਗਿਆ। ਉਦੋਂ ਇੱਕ ਇੰਸਪੈਕਟਰ ਲੈਵਲ ਦਾ ਜਿਹੜਾ ਸੀਗਾ ਪੁਲਿਸ ਦਾ ਆਫਿਸਰ ਉਹਨੇ ਇਹਦੀ ਇੱਕ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰਾਂ ਤੱਕ ਲਿਆਂਦੀ ਸੀ ਔਰ ਇਹਦੇ ਉੱਤੇ ਜਿਹੜਾ ਵੀ ਇਹ ਆਖਿਆ ਗਿਆ ਸੀ ਕਿ ਕਾਰਵਾਈ ਕੀਤੀ ਜਾਵੇ, ਪਰ ਉਦੋਂ ਅਕਾਲੀ ਸਰਕਾਰ ਦੇ ਹੁੰਦਿਆਂ ਇਹ ਕਾਰਵਾਈ ਨਹੀਂ ਸੀ ਹੋਣ ਦਿੱਤੀ ਗਈ ਵੀ ਕਿਤੇ ਮਾਮਲਾ ਸਾਹਮਣੇ ਨਾ ਆ ਜਾਏ, ਕਿਉਂਕਿ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਸੀ ਉਹ ਮਾਮਲਾ ਭਖ ਰਿਹਾ ਸੀ ਤੇ ਉਦੋਂ ਸਰਕਾਰ ਨੂੰ ਇਹ ਲੱਗਦਾ ਸੀ ਵੀ ਜੇ ਕਿਤੇ ਇਹ ਵੀ ਮਾਮਲਾ ਸਾਹਮਣੇ ਆ ਗਿਆ ਤੇ ਇਹਦੇ ਨਾਲ ਹੋਰ ਸਾਡੀ ਕਿਰਕਰੀ ਜਿਹੜੀ ਆ ਵੀ ਉਹ ਹੋ ਸਕਦੀ ਹੈ। ਇਹ ਗੱਲ ਉਦੋਂ ਇਸ ਕਰਕੇ ਦੱਬ ਲਈ ਗਈ, ਅੱਜ ਇਹ ਉਦੋਂ ਵੱਡੀ ਬਣ ਕੇ ਇੱਕ ਕਿਸਮ ਦੇ ਨਾਲ ਜਿਹੜੀ ਵੀ ਉਹ ਸਾਹਮਣੇ ਆ ਰਹੀ ਆ ਬਿਨਾਂ ਕਿਸੇ ਸ਼ੱਕ ਦੇ। ਜਿੰਨੀ ਦੇਰ ਤੱਕ ਜਵਾਬ ਨਹੀਂ ਆਉਣਗੇ ਸਵਾਲ ਤਾਂ ਉੱਠਦੇ ਰਹਿਣ। ਬਿਲਕੁਲ ਜੀ। ਤੇ ਅੱਗੇ ਗੱਲ ਕਰਦੇ ਸਮੇਤ ਸੈਣੀ ਦੀ, ਮਲਤਾਨੀ ਕੇਸ ਦੇ ਵਿੱਚ ਉਸਨੇ ਜ਼ਮਾਨਤ ਦੀ ਅਰਜ਼ੀ ਲਾਈ ਸੀ, ਅਰਜ਼ੀ ਕੱਲ ਲੱਗੀ ਆ, ਅੱਜ ਇਹਦੇ ਉੱਤੇ ਸੁਣਵਾਈ ਜਿਹੜੀ ਉਹ ਹੋਊਗੀ ਮੋਹਾਲੀ ਦੀ ਅਦਾਲਤ ਦੇ ਵਿੱਚ। 302 ਜਿੱਦਣ ਲੱਗ ਗਈ ਫਰਾਈਡੇ ਵਾਲੇ ਦਿਨ, ਔਰ ਇੱਕ ਜਿਹੜਾ ਨੋਟਿਸ ਸੀਗਾ ਉਹ ਸੁਮੇਧ ਸੈਣੀ ਨੂੰ ਸਰਵ ਕਰਵਾ ਦਿੱਤਾ ਗਿਆ, ਜਿਹੜਾ ਟੈਕਨੀਕਲੀ ਕਰਾਉਣਾ ਜ਼ਰੂਰੀ ਸੀਗਾ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜਿਹੜੀ ਉਹਨੂੰ ਇੰਟਰਮ ਬੇਲ ਮਿਲੀ ਆ ਉਹਦੀ ਕੰਡੀਸ਼ਨ ਹੈ ਕਿ ਜੇ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨਾ ਇਸ ਮਾਮਲੇ 'ਚ ਤਾਂ ਉਹਨੂੰ 3 ਦਿਨ ਦਾ ਨੋਟਿਸ ਜਿਹੜਾ ਜੀ ਉਹ ਦੇਣਾ ਜ਼ਰੂਰੀ ਹੈ। ਇਹ ਉਦੋਂ 3 ਦਿਨ ਉਹਦੇ ਕੱਲ੍ਹ ਜਿਹੜੇ ਸੀ ਉਹ ਪੂਰੇ ਹੋ ਗਏ ਜੀ ਨੋਟਿਸ ਦੇ। ਸੁਮੇਧ ਸੈਣੀ ਕਿੱਥੇ ਆ ਇਸ ਵੇਲੇ ਕਿਸੇ ਨੂੰ ਨਹੀਂ ਜਿਹੜਾ ਜੀ ਉਹ ਪਤਾ। ਉਹਦੇ ਵਕੀਲਾਂ ਨੇ ਜਿਹੜੇ ਵਕੀਲ APS ਦਿਓਲ ਤੇ HS ਧਨੋਆ ਉਹਨਾਂ ਨੇ ਮੋਹਾਲੀ ਦੇ ਸੈਸ਼ਨ ਜੱਜ ਮੂਹਰੇ ਇਹ ਅਰਜ਼ੀ ਜਿਹੜੀ ਆ ਜੀ ਉਹ ਦਾਇਰ ਕੀਤੀ ਆ। ਅੱਜ ਇਹਦੇ ਉੱਤੇ ਜਿਹੜੀ ਆ ਉਹ ਸੁਣਵਾਈ ਹੋਊਗੀ ਮੋਹਾਲੀ ਦੀ ਅਦਾਲਤ ਦੇ ਵਿੱਚ। ਕਿਹੜੇ ਜੱਜ ਦੇ ਕੋਲੇ ਜਾਂਦੀ ਆ ਇਹ ਨਹੀਂ ਅਜੇ ਜਿਹੜਾ ਵੀ ਪਤਾ, ਪਰ ਇਹ ਜਿਹੜਾ ਮਾਮਲਾ ਇਹ ਜਿਹੜੇ ਸੈਸ਼ਨ ਜੱਜ ਨੇ ਉਹਨਾਂ ਦੇ ਮੂਹਰੇ ਚੱਲ ਰਿਹਾ ਸਾਰਾ। ਇਹਦੇ 'ਚ ਕੁਛ ਟੈਕਨੀਕਲ ਜਿਹੜੇ ਵੀ ਉਹ ਪੁਆਇੰਟ ਸ਼ਾਮਿਲ ਨੇ, ਇੱਕ ਤਾਂ ਜਦੋਂ ਕਿਉਂਕਿ ਹਵਾਲਾ ਜਿਹੜਾ ਦਿੱਤਾ ਗਿਆ ਦੋਨਾਂ ਵਕੀਲਾਂ ਦੇ ਵੱਲੋਂ ਇਹ ਦਿੱਤਾ ਗਿਆ ਇਸ ਮਾਮਲੇ ਦੇ ਉੱਤੇ ਇੱਥੋਂ ਦੀ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੋਈ ਆ, ਫਿਰ ਇੱਕ ਇੰਟਰਮ ਜ਼ਮਾਨਤ ਜਿਹੜੀ ਆ ਉਹਨਾਂ ਨੂੰ ਹਾਈ ਕੋਰਟ ਤੋਂ ਮਿਲੀ ਹੋਈ ਆ। ਉਹਦੇ ਵਿੱਚ ਇੱਕ ਟੈਕਨੀਕਲ ਵੱਡਾ ਪੁਆਇੰਟ ਇਹ ਆ ਕਿ ਇਹਦੇ ਵਿੱਚ ਜਿਹੜੇ ਦੋ ਇਹਦੇ ਨਾਲ ਸਹਿ ਦੋਸ਼ੀ ਬਣਾਏ ਗਏ ਨੇ FIR ਦੇ ਵਿੱਚ ਉਹ ਦੋਨੋਂ ਵਾਅਦਾ ਮਾਫ਼ ਗਵਾਹ ਬਣ ਗਏ ਆ। ਇਹ ਸਭ ਤੋਂ ਵੱਡਾ ਇੱਕ ਟੈਕਨੀਕਲ ਪੁਆਇੰਟ ਆ ਇਹਦੇ ਵਿੱਚ। ਹਾਲਾਂਕਿ ਜਦੋਂ ਇੰਟਰਮ ਬੇਲ ਮਿਲੀ ਆ ਉਦੋਂ 3 ਜਿਹੜੇ ਆਈ ਵਿਟਨੈਸ ਸੀ ਉਹ ਉਦੋਂ ਵੀ ਹੈਗੇ ਸੀਗੇ, ਹੁਣ ਇਹ ਦੋ ਜਿਹੜੇ ਉਹਦੇ
FIR ਦੇ ਵਿਚਲਾ ਜਿਹੜਾ ਬੰਦਾ ਉਹਦਾ ਸਹਿ ਦੋਸ਼ੀ ਹੋ ਜਿਹੜਾ ਉਹ ਜੇ ਕਬੂਲ ਕਰ ਲੈਂਦਾ ਤੇ ਉਹ ਇਸ ਮਾਮਲੇ ਦੇ ਵਿੱਚ ਵਾਅਦਾ ਮਾਫ ਗਵਾਹ ਬਣ ਜਾਂਦਾ ਤੇ ਉਹ ਇੱਕ ਵੱਡਾ ਪੁਆਇੰਟ ਹੈ ਇਹਦੇ ਵਿੱਚ ਇੱਕ ਸੈਕਿੰਡ ਇਹਦੇ ਵਿੱਚ ਟੈਕਨੀਕਲ ਜਿਹੜੀ ਵੱਡੀ ਗੱਲ ਇਹ ਆ ਕਿ ਸਰਕਾਰੀ ਵਕੀਲ ਨੇ ਵੀ ਜਿਹੜਾ ਇਹ ਮਾਮਲਾ ਉਠਾਇਆ ਕਿ ਸਮੇਤ ਸੈਣੀ ਹੁਰੀ ਕਿੱਥੇ ਨੇ ਤਾਂ ਉਹਨਾਂ ਦੇ ਵਕੀਲਾਂ ਨੇ ਜਿਹੜੀ ਅਜੀ ਇਹ ਗੱਲ ਕੱਲ ਆਖੀ ਆ ਕਿ ਉਹ ਸ਼ਹਿਰ ਦੇ ਵਿੱਚ ਨਹੀਂ। ਹੁਣ ਇਹਦੇ 'ਚ ਇੱਕ ਵੱਡਾ ਪੁਆਇੰਟ ਜਿਹੜਾ ਇਹ ਆ ਗਿਆ ਕਿ ਜਿਹੜੀ ਇੰਟਰਨ ਬੇਲ ਮਿਲੀ ਹੋਈ ਆ ਉਹਦੇ ਵਿੱਚ ਇੱਕ ਇਹ ਮੱਦ ਜਿਹੜੀ ਹੈਗੀ ਆ ਕਿ ਸਮੇਤ ਸੈਣੀ ਹੁਰੀ ਸਿਟੀ ਛੱਡ ਕੇ ਨਹੀਂ ਜਾਣਗੇ, ਜੇ ਜਾਣਗੇ ਤੇ ਅਦਾਲਤ ਨੂੰ ਉਹਨਾਂ ਨੂੰ ਜਿਹੜਾ ਵੀ ਉਹ ਨੋਟੀਫਾਈ ਕਰਨਾ ਹੋਊਗਾ ਕਿ ਦੱਸ ਕੇ ਜਾਣਾ ਪਊਗਾ। ਉਹ ਇਹ ਕਹਿੰਦੇ ਕਿ ਉਹ ਇੱਥੇ ਹੈ ਨਹੀਂ ਗੇ, ਜੇ ਉਹ ਨਹੀਂ ਹੈਗੇ ਤੇ ਉਹ ਜਿਹੜੀ ਇਹ ਬੇਲ ਆ ਇਹਦੀਆਂ ਜਿਹੜੀਆਂ ਮੱਦਾਂ ਨੇ ਉਹਦੀ ਉਹ ਉਲੰਘਣਾ ਕਰ ਰਹੇ ਆ। ਇਹ ਵੀ ਐਪਲੀਕੇਸ਼ਨ ਦੇ ਵਿੱਚ ਜਿਹੜਾ ਵੀ ਉਹ ਅੱਜ ਜਦੋਂ ਐਪਲੀਕੇਸ਼ਨ ਲੱਗੂਗੀ ਸੁਣਵਾਈ ਹੋਊਗੀ ਬਹਿਸ ਹੋਊਗੀ ਉਹਦੇ ਵਿੱਚ ਇਹ ਟੈਕਨੀਕਲ ਪੁਆਇੰਟ ਜਿਹੜੇ ਵੀ ਉਹ ਆਉਣਗੇ। ਪਰ ਸਵਾਲਾਂ ਦਾ ਸਵਾਲ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਵੀ ਉਹ ਇਹ ਖੜਾ ਕਿ 3 ਦਿਨ ਵਾਲਾ ਜਿਹੜਾ ਉਹ ਪੂਰਾ ਹੋ ਗਿਆ ਸਮਾਂ ਜਿਹੜਾ ਨੋਟਿਸ ਦੇਣਾ ਸੀਗਾ ਤੇ ਕੀ ਸਮੇਤ ਸੈਣੀ ਦੀ ਗ੍ਰਿਫਤਾਰੀ ਹੋਊਗੀ, ਇਹ ਸਭ ਤੋਂ ਵੱਡਾ ਸਵਾਲ ਆ। ਤੇ ਉਦੋਂ ਵੱਡਾ ਕਿ ਸਮੇਤ ਸੈਣੀ ਕਿੱਥੇ ਹੈ ਇਸ ਵੇਲੇ, ਜਿਹੜਾ ਵੀ ਅਜੇ ਕਿਸੇ ਜਗ੍ਹਾ ਤੋਂ ਇੱਦਾਂ ਦੀ ਕੋਈ ਖਬਰ ਨਹੀਂ ਆ ਰਹੀ ਕਿ ਪੁਲਿਸ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਕੋਈ ਛਾਪੇਮਾਰੀ ਕੀਤੀ ਹੋਵੇ ਜਾਂ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਵੀ ਉਹ ਕੀ ਹੋਵੇ, ਇਹ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਖਬਰ ਜਿਹੜੀ ਆ ਉਹ ਨਹੀਂ ਆ ਰਹੀ। ਬਹੁਤੀਆਂ ਨਿਗਾਹਾਂ ਅੱਜ ਮੋਹਾਲੀ ਦੀ ਅਦਾਲਤ ਦੇ ਉੱਤੇ ਟਿੱਕੀਆਂ ਰਹਿਣਗੀਆਂ। ਮੋਹਾਲੀ ਦੀ ਅਦਾਲਤ ਦੇ ਵਿੱਚੋਂ ਉਹਨੂੰ ਜ਼ਮਾਨਤ ਮਿਲਣ ਦੇ ਚਾਂਸ ਬਹੁਤ ਘੱਟ ਨੇ, ਜਿਹੜੇ ਮੈਂ ਤੁਹਾਨੂੰ 2 ਟੈਕਨੀਕਲ ਪੁਆਇੰਟ ਦੱਸੇ ਆ ਉਹਦੇ ਕਰਕੇ ਜੀ, ਫਿਰ ਉਸ ਤੋਂ ਬਾਅਦ ਬਿਨਾਂ ਕਿਸੇ ਸ਼ੱਕ ਦੇ ਉਹ ਹਾਈਕੋਰਟ ਵੱਲ ਨੂੰ ਮੂਵ ਕਰਨਗੇ। ਜੀ ਜੀ ਜ਼ਰੂਰ ਹੱਥ ਪੈਰ ਮਾਰਨਗੇ। ਅੱਗੇ ਸਿਆਸਤਦਾਨਾਂ ਦੇ ਘਰਾਂ ਤੱਕ ਪਹੁੰਚਿਆ ਕਰੋਨਾ, ਪਰ ਜੋ ਵਿਧਾਨ ਸਭਾ ਦੇ ਸੈਸ਼ਨ ਹੁੰਦੇ ਉਹਨਾਂ ਦਾ ਕੀ ਹੋਊਗਾ? ਤੇ ਇਹੀ ਐਕਚੁਅਲੀ ਜਿਹੜਾ ਵੀ ਉਹ ਸਵਾਲ ਹੈ, ਕਿਉਂਕਿ ਕੋਰੋਨਾ ਵਾਇਰਸ ਦੀ ਲਾਗ ਜਿਹੜੀ ਕਿਸੇ ਨੂੰ ਵੀ ਲੱਗ ਜਾਣੀ, ਕੁਛ ਨਹੀਂ ਕਿਹਾ ਜਾ ਸਕਦਾ ਕਿ ਕੌਣ ਇਹਦੇ ਵਿੱਚੋਂ ਸੇਫ ਜਿਹੜਾ ਵੀ ਉਹ ਰਹੂਗਾ, ਆਪਣੇ ਆਪ ਨੂੰ ਸੇਵ ਕਰ ਲੂਗਾ। ਹੁਣ ਨੇਤਾ ਤਾਂ ਭੱਜਦੇ ਆ ਲੋਕਾਂ ਤੋਂ, ਲੋਕਾਂ ਦੇ ਨੇੜੇ ਨਹੀਂ ਆਉਂਦੇ। ਸਾਡੇ ਮੁੱਖ ਮੰਤਰੀ ਤਾਂ ਨਿਕਲਦੇ ਹੀ ਨਹੀਂ, ਸ਼ਰਾਬ ਵਾਲਾ ਰੌਲਾ ਪੈ ਗਿਆ ਸੀ ਤੇ 4-4.5 ਮਹੀਨਿਆਂ ਤੋਂ ਬਾਅਦ ਨਿਕਲੇ ਸੀਗੇ ਇੱਕ ਦਿਨ ਤੇ ਮੁੜ ਕੇ ਫਿਰ ਉੱਥੇ ਹੀ ਜਿਹੜਾ ਵੀ ਚਲੇ ਗਏ ਆਪਣੇ ਫਾਰਮ ਹਾਊਸ 'ਚ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਵੀ ਉਹ ਹੋ ਰਿਹਾ, ਹਰਿਆਣੇ ਦਾ ਵੀ ਹੋ ਰਿਹਾ ਤੇ ਪੰਜਾਬ ਦਾ ਵੀ ਹੋ ਰਿਹਾ, ਟੈਕਨੀਕਲੀ ਇਹ ਕਰਾਉਣੇ ਪੈਂਦੇ ਆ ਜੀ ਸੰਵਿਧਾਨ ਦੇ ਮੁਤਾਬਕ, ਇਸੇ ਕਰਕੇ ਇੱਕ ਦਿਨ ਦਾ ਪੰਜਾਬ ਨੇ ਜਿਹੜਾ ਵੀ ਉਹ ਰੱਖਿਆ। ਇਹ ਕਹਿਤਾ ਕਿ ਜਿੰਨੇ ਵਿਧਾਇਕ ਨੇ ਸਾਰੇ 117 ਉਹਨਾਂ ਨੂੰ ਕੋਵਿਡ ਟੈਸਟ ਜਿਹੜੇ ਉਹ ਕਰਾਉਣੇ ਪੈਣਗੇ। ਪੰਜਾਬ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਪਹਿਲਾਂ ਪੋਜ਼ਿਟਿਵ ਪਾਏ ਗਏ ਸੀਗੇ, ਹੁਣ ਤਾਂ ਉਹ ਨੈਗੇਟਿਵ ਹੋ ਗਏ। ਸੁਖਜਿੰਦਰ ਸਿੰਘ ਰੰਧਾਵਾ ਪੋਜ਼ਿਟਿਵ ਪਾਏ ਗਏ ਆ, ਔਰ ਇਸ ਤੋਂ ਇਲਾਵਾ ਜਿਹੜੇ ਇੱਥੇ ਭੱਟੀ ਨੇ, ਮਿਸਟਰ ਭੱਟੀ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ, ਉਹ ਵੀ ਪੋਜ਼ਿਟਿਵ ਨੇ। ਮਨਪ੍ਰੀਤ ਸਿੰਘ ਬਾਦਲ ਹੋਰੀ ਆਪਣੇ ਆਪ ਨੂੰ ਕੁਆਰੰਟਾਈਨ ਕਰਕੇ ਬੈਠੇ ਆ, ਉਹਨਾਂ ਨੇ ਇਹ ਕਿਹਾ ਕਿ ਜਿਹੜੇ SSP ਸੀ ਜਿੱਥੇ ਉਹਨਾਂ ਨੇ ਝੰਡਾ ਚੜਾਇਆ ਸੀ ਉਹ ਪੋਜ਼ਿਟਿਵ ਸੀ। 28 ਤੱਕ ਤਾਂ ਉਹਨਾਂ ਦੇ ਦਿਨ 15 ਪੂਰੇ ਨਹੀਂ ਹੁੰਦੇ, ਇਟ ਮੀਨਸ ਕਿ ਉਹ ਨਹੀਂ ਆਉਣਗੇ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਪੋਜ਼ਿਟਿਵ ਪਾਏ ਗਏ, ਉਹ ਨਹੀਂ ਆਉਣਗੇ, ਡਿਪਟੀ ਸਪੀਕਰ ਨਹੀਂ ਆਉਣਗੇ। ਜਿੰਨੇ ਬਾਕੀ ਜਿਹੜੇ ਕੁਆਰੰਟਾਈਨ ਕਰਕੇ ਬੈਠੇ ਆ ਉਹ ਨਹੀਂ ਉੱਥੇ ਜਿਹੜਾ ਵੀ ਆਉਣਗੇ। ਇਹਦਾ ਸਾਇਆ ਹਰਿਆਣੇ ਦੇ ਉੱਤੇ ਵੀ ਪੈ ਰਿਹਾ, ਹਰਿਆਣੇ ਦੇ ਸਪੀਕਰ ਜਿਹੜੇ ਵੀ ਉਹ ਪੋਜ਼ਿਟਿਵ ਪਾਏ ਗਏ ਆ। ਉਦੋਂ ਬਾਅਦ ਜਿਹੜਾ ਗਿਆਨ ਚੰਦ ਗੁਪਤਾ, ਭਾਜਪਾ ਦੇ 2 ਵਿਧਾਇਕ ਜਿਹੜੇ ਵੀ ਉਹ ਪੋਜ਼ਿਟਿਵ ਪਾਏ ਗਏ ਆ। ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਟਵੀਟ ਕਰਕੇ ਕੱਲ੍ਹ ਇਹ ਕਹਿਤਾ ਕਿ ਮੈਂ ਤਾਂ ਆਪ ਪੋਜ਼ਿਟਿਵ ਹਾਂ, ਮੈਂ ਟੈਸਟ ਕਰਵਾਇਆ ਸੀ ਪੋਜ਼ਿਟਿਵ ਜਿਹੜਾ ਵੀ ਉਹ ਪਾਇਆ ਗਿਆ, ਤੇ ਜਿੰਨੇ ਮੇਰੇ ਸੰਪਰਕ 'ਚ ਆਏ ਆ ਭਾਈ ਉਹ ਵੀ ਟੈਸਟ ਕਰਵਾ ਲਓ। ਕਿਤੇ ਨਾ ਕਿਤੇ ਇਹਨੂੰ ਇਸ ਪੁਆਇੰਟ ਦੇ ਨਾਲ ਵੀ ਜਿਹੜਾ ਵੀ ਉਹ ਜੋੜ ਕੇ ਵੇਖਿਆ ਜਾ ਸਕਦਾ ਆ ਕਿ ਇਹ ਕਹਾਣੀ ਕਿਸੇ ਹੋਰ ਹੀ ਪਾਸੇ ਨੂੰ ਵੀ ਚੱਲ ਰਹੀ, ਜਿਹੜੀ ਪ੍ਰਤੀਤ ਦੀ ਜਵਾਬ ਦੇਣਾ ਹੀ ਨਾ ਪਵੇ ਕਿਸੇ ਜਿਹੜਾ ਵੀ ਉਹ ਚੀਜ਼ ਦਾ। ਜਦੋਂ ਤੁਸੀਂ ਸਾਹਮਣੇ ਆਓਗੇ ਤੇ ਤੁਹਾਨੂੰ ਜਵਾਬ ਜਿਹੜੇ ਆ ਜੀ ਉਹ ਦੇਣੇ ਪੈਣਗੇ, ਜਵਾਬ ਦਿਓਗੇ ਤੇ ਜਵਾਬ ਜਿਹੜੇ ਵੀ ਉਹ ਕੀ ਨੇ ਕਿ ਕਿੱਥੇ ਗਈਆਂ ਨੌਕਰੀਆਂ, ਕਿੱਥੇ ਸਾਰਾ ਸਿਸਟਮ ਜਿਹੜਾ ਵੀ ਉਹ ਗਿਆ। ਹੁਣ ਪੰਜਾਬ ਦੇ ਵਿੱਚ ਜਿਹੜਾ ਵੀਕਐਂਡ ਦੇ ਉੱਤੇ ਲੋਕਡਾਊਨ ਲਾ ਦਿੱਤਾ ਗਿਆ, ਰਾਤ ਦਾ ਕਰਫਿਊ ਲਾ ਦਿੱਤਾ ਗਿਆ, ਇਹਦੇ ਨਾਲ ਜਿਹੜਾ ਹੋ ਹੱਲਾ ਮਚਿਆ ਪਿਆ ਜੀ ਜਿਹੜੀਆਂ ਛੋਟੀਆਂ ਦੁਕਾਨਾਂ ਵਾਲੇ ਉਹਨਾਂ ਦੇ ਵਿੱਚ ਕਿ ਅਸੀਂ ਕੀ ਕਰੀਏ, ਸਾਡਾ ਕੀ ਜਿਹੜਾ ਵੀ ਉਹ ਕਸੂਰ ਆ। ਤਾਂ ਇਹ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਦੇਣੇ ਪੈਣਗੇ। ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਤਾਂ ਨਹੀਂ ਕਿਤੇ ਇਹ ਨੇਤਾ ਜਿਹੜੇ ਵੀ ਉਹ ਭੱਜ ਰਹੇ, ਵੱਡਾ ਸਵਾਲ ਇਹ ਹੈ। ਸੈਕਿੰਡ ਇਹ ਕਿ ਜਿਹੜਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਜਿਹੜਾ ਢਾਂਚਾ ਹੈ, ਸਿਹਤ ਢਾਂਚਾ, ਉਹਦੇ ਉੱਤੇ ਬਹੁਤ ਵੱਡੇ ਸਵਾਲ ਜਿਹੜੇ ਵੀ ਉਹ ਉੱਠ ਰਹੇ ਆ ਇਸ ਵੇਲੇ। ਜਦੋਂ ਜਿਹੜਾ ਤੁਹਾਡਾ ਮੈਡੀਕਲ ਕਾਲਜ ਆ ਫਰੀਦਕੋਟ ਵਾਲਾ, ਉੱਥੋਂ ਦੇ ਵਾਈਸ ਚਾਂਸਲਰ ਜਿਹੜੇ ਨੇ ਰਾਜ ਬਹਾਦਰ, ਉਹ ਪੋਜ਼ਿਟਿਵ ਪਾਏ ਜਾਂਦੇ ਆ, ਉਹ ਦਵਾ ਦਵ ਆਪਣੀ ਗੱਡੀ ਚੁੱਕਦੇ ਆ ਤੇ ਆ ਕੇ PGI ਦਾਖਲ ਹੋ ਜਾਂਦੇ ਚੰਡੀਗੜ੍ਹ, ਫਰੀਦਕੋਟ ਤੋਂ ਚੱਲਦੇ ਆ। ਜਿਹੜਾ ਉਹ ਢਾਂਚੇ ਨੂੰ ਚਲਾ ਰਿਹਾ, ਜਿਹੜੇ ਕੋਵਿਡ 19 ਦੇ ਵਾਸਤੇ ਅਹਿਮ ਟੀਮ ਬਣਾਈ, ਉਹਦਾ ਇੱਕ ਪਾਰਟ ਨੇ ਰਾਜ ਬਹਾਦਰ।
ਉਹਨਾਂ ਨੂੰ ਆਪਣੇ ਉਸ ਢਾਂਚੇ ਦੇ ਉੱਤੇ ਵਿਸ਼ਵਾਸ ਨਹੀਂ ਜਿਹਦੇ ਉਹ ਹੈੱਡ ਨੇ, ਉਹ ਛੱਡ ਕੇ PGI ਆ ਕੇ ਜਿਹੜਾ ਜੀ ਉਹ ਦਾਖਲ ਹੋ ਜਾਂਦੇ। ਇਹ ਹਾਲਾਤ ਨੇ ਇੱਥੇ ਪਟਿਆਲੇ ਦੇ ਵਿੱਚ, ਰਜਿੰਦਰਾ ਹੋਸਪਿਟਲ ਹੈ ਉਹ ਬਠਿੰਡੇ ਤੱਕ ਰੈਫਰ ਹੋ ਕੇ ਇੱਥੇ ਮਰੀਜ਼ ਜਿਹੜੇ ਵੀ ਆ ਰਹੇ ਨੇ, ਕੁਰਬਲ ਕੁਰਬਲ ਹੋਈ ਸੀ। ਜਿਹੜਾ ਢਾਂਚਾ ਹੈ ਉਹ ਢੀਚਕ ਮਾਰਦਾ ਢਾਂਚਾ ਜਿਹੜਾ ਜੀ ਉਹ ਹਿੱਲ ਰਿਹਾ, ਉਹਦੀ ਕੋਈ ਗੱਲ ਨਹੀਂ ਕਰ ਰਿਹਾ, ਉਹਦੀ ਗੱਲ ਸਾਹਮਣੇ ਆਊਗੀ। ਇਸ ਕਰਕੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੇ ਜਿਹੜਾ ਜੀ ਉਹ ਪ੍ਰਤੀਤ ਹੋ ਰਹੇ ਆ, ਇਹ ਸਾਰੇ ਸਿਆਸਤਦਾਨ। ਜੀ ਜੀ, ਜਵਾਬ ਤੇ ਕੋਈ ਨਹੀਂ। ਅੱਗੇ ਗੱਲ ਕਰਦੇ ਹਾਂ ਢੀਂਡਸਾ ਧੜੇ ਦੀ। ਬਸ ਇੱਧਰ ਉੱਧਰ ਛੜੱਪੇ ਮਾਰ ਰਹੇ ਲੋਕ, ਬਾਦਲਾਂ ਦੇ ਗੜ ਵਿੱਚ ਸਨ ਲਾਈ। ਦੇਖੋ ਗੱਲ ਇਹ ਹੈ ਕਿ ਜਿਹੜੇ ਆਪਾਂ ਕਾਂਗਰਸ ਦੀ ਗੱਲ ਕੀਤੀ ਹੈ ਜੀ, ਉਹੀ ਨਾਮ ਹੈ ਜਿਹੜੇ ਮੇਰਾ ਖਿਆਲ ਜਿਵੇਂ ਕਹਿ ਤੇ ਵੀ ਛੋਟੇ ਹੁੰਦਿਆਂ ਵੀ ਸੁਣਦੇ ਹੁੰਦੇ ਸੀ, ਅੱਜ ਵੀ ਜਿਹੜਾ ਜੀ ਸੁਣ ਰਹੇ ਹਾਂ ਉਹੀ ਕੁਛ ਸਾਰੀਆਂ ਪਾਰਟੀਆਂ ਜਿਹੜਾ ਜੀ ਉਹ ਚੱਲ ਰਿਹਾ। ਕੋਈ ਕਿਸੇ ਜਗ੍ਹਾ ਦੇ ਤੋਂ ਇਹ ਤਾਂ ਨਹੀਂ ਜਿਹਦਾ ਵੀ ਆਹ ਕੋਈ ਨਵਾਂ ਜਿਹਾ ਨਾਮ ਆਇਆ ਵੀ ਇਹ ਬੰਦੇ ਨੇ ਚੰਗਾ ਜਿਹੜਾ ਜੀ ਸਿਆਸਤ ਦੇ ਵਿੱਚ ਕੁਛ ਨਵੇਂ ਪੁਆਇੰਟ ਜਿਹੜੇ ਜੀ ਉਹ ਲਿਆਉਂਦੇ ਨੇ, ਇਹਨੂੰ ਸੁਣਨਾ ਚਾਹੀਦਾ। ਇਹ ਇੱਕ ਦੂਜੇ ਨੂੰ ਜਿਹੜਾ ਜੀ ਉਹ ਢਾਹ ਲਾਉਣ ਦੇ ਵਾਸਤੇ ਹੀ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਮਾਮਲਾ ਤਾਂ ਤਕਰੀਬਨ ਮਹੀਨੇ ਡੇਢ ਮਹੀਨੇ ਤੋਂ ਚੱਲ ਰਿਹਾ ਸੀਗਾ ਮਾਨਸਾ ਦੇ ਵਿੱਚ, ਤੇ ਉੱਥੇ ਪਲਟਣੀ ਮਾਰਤੀ ਢੀਂਡਸਾ ਜਿਹੜਾ ਜੀ ਧੜੇ ਨੇ, ਇਹਦੇ ਚ ਸਾਬਕਾ ਵਿਧਾਇਕ ਨੇ ਸੁਖਵਿੰਦਰ ਸਿੰਘ ਔਲਖ, SDPC ਧਰਮ ਪ੍ਰਚਾਰ ਕਮੇਟੀ ਦਾ ਆਗੂ ਆ ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਇੱਕ ਸਾਬਕਾ ਵਿਧਾਇਕ ਬੁਢਲਾਡਾ ਹੈ ਹਰਬੰਸ ਸਿੰਘ ਦਾਤੇਵਾਸ, ਉਹਦਾ ਪਰਿਵਾਰ ਹੈ, ਹੋਰ ਜਿੰਨੇ ਇਸ ਏਰੀਏ ਦੇ ਹੈਗੇ ਨੇ। ਕਿਉਂਕਿ ਇਹ ਜਿਹੜਾ ਇਹ ਏਰੀਆ ਹੈ ਇਹ ਪੈਂਦਾ ਜੀ ਲੋਕ ਸਭਾ ਹਲਕਾ ਬਠਿੰਡਾ, ਔਰ ਬਠਿੰਡਾ ਲੋਕ ਸਭਾ ਹਲਕਾ ਬਹੁਤ ਅਹਿਮ ਹੈ ਬਾਦਲ ਪਰਿਵਾਰ ਦੇ ਵਾਸਤੇ। ਹਰਸਿਮਰਤ ਕੌਰ ਬਾਦਲ ਹੋਰੀ ਪਹਿਲਾਂ ਹੀ ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਆ ਉਹ ਘੱਟਦਿਆਂ ਘੱਟਦੀ ਤੁਰੀ ਜਾ ਰਹੀ ਹੈ। ਇਹ ਡੈਂਟ ਜਿਹੜਾ ਪਿਆ ਨਾ ਜੀ, ਇਹ ਲੋਕ ਸਭਾ ਹਲਕਾ ਬਠਿੰਡੇ ਨੂੰ ਇੱਕ ਕਿਸਮ ਦੇ ਨਾਲ ਪਾਇਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ। ਜਦੋਂ ਮਹੀਨੇ ਡੇਢ ਮਹੀਨੇ ਤੋਂ ਤੁਹਾਡੇ ਗੱਲ ਜਿਹੜੀ ਦੀ ਉਹ ਚੱਲ ਰਹੀ ਹੈ ਕਿ ਫਲਾਫਲਾ ਬੰਦੇ ਜਿਹੜੇ ਦੀ ਉਹ ਪਲਟੀ ਮਾਰਨ ਨੂੰ ਫਿਰਦੇ ਆ, ਬਾਦਲ ਅਕਾਲੀ ਦਲ ਜਾਂ ਜਿਹੜੇ ਇਸ ਏਰੀਏ ਦੇ ਇੰਚਾਰਜ ਬਣਾਏ ਹੋਏ ਨੇ ਬਲਵਿੰਦਰ ਸਿੰਘ ਭੁੰਦੜ ਹੋਰੀ, ਉਹ ਚੁੱਪ ਕਰਕੇ ਦੇਖਦੇ ਰਹੇ। ਕੱਲ ਜਦੋਂ ਇਹ ਸਾਰੇ ਪਲਟੀ ਮਾਰ ਗਏ, ਪ੍ਰੈਸ ਕਾਨਫਰੰਸ ਹੋ ਗਈ, ਫੋਟੋਆਂ ਖਿਚਾਲੀਆਂ ਜਿਹੜੇ ਉਹ ਸਰੂਪੇ ਪਾਉਂਦੇ ਉਹ ਪਾ ਕੇ, ਉਦੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਪ੍ਰੈਸ ਕਾਨਫਰੰਸ ਲਾ ਲਈ, ਔਰ ਪ੍ਰੈਸ ਕਾਨਫਰੰਸ ਲਾ ਕੇ ਇਹ ਜਿਹੜਾ ਜੀ ਕਹਿੰਦੇ ਕਿ ਇਹਨਾਂ ਬੰਦਿਆਂ ਨੇ ਜੀ ਪਾਰਟੀ ਦੀ ਪਿੱਠ 'ਚ ਛੁਰਾ ਜਿਹੜਾ ਜੀ ਉਹ ਮਾਰ ਦਿੱਤਾ, ਤੇ ਇਹਨਾਂ ਨੇ ਗਤੀਵਿਧੀਆਂ ਜਿਹੜੀਆਂ ਜੀ ਗਲਤ ਕੀਤੀਆਂ ਨੇ, ਪਾਰਟੀ ਦੇ ਉਲਟ ਕੀਤੀਆਂ ਨੇ, ਅਸੀਂ ਪਾਰਟੀ 'ਚੋਂ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਰਹੇ ਹਾਂ, ਬਾਹਰ ਕੱਢ ਰਹੇ ਹਾਂ, ਉਦੋਂ ਜਦੋਂ ਉਹ ਦੂਜੇ ਧੜੇ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਸ਼ਾਮਲ। ਸੋ ਜਿਵੇਂ ਮੈਂ ਕਿਹਾ ਕਿ ਇਹ ਜੇ ਇਹਨੂੰ ਡੈਂਟ ਨੂੰ ਜਿਹੜਾ ਜੀ ਉਹ ਦੇਖਣਾ ਹੋਵੇ ਤਾਂ ਇਹ ਲੋਕ ਸਭਾ ਹਲਕੇ ਬਠਿੰਡੇ ਦੇ ਉੱਤੇ ਡੈਂਟ ਜਿਹੜਾ ਉਹ ਕਿਹਾ ਜਾ ਸਕਦਾ ਜੀ, ਜਿਹੜਾ ਢੀਂਡਸਾ ਧੜੇ ਨੇ ਪਾਇਆ। ਹੁਣ ਮੇਰਾ ਖਿਆਲ ਹੈ ਕੋਰੋਨਾ ਵਾਇਰਸ ਕਰਕੇ ਕੁਛ ਕੰਮ ਜਿਹੜਾ ਜੀ ਉੱਠ ਗਿਆ ਹੋਇਆ, ਨਹੀਂ ਤਾਂ ਇਹ ਜਿਹੜਾ ਸਾਰਾ ਮਾਮਲਾ ਚੱਲ ਰਿਹਾ ਨਾ ਜੀ, ਇਹ ਹੁਣ ਨੂੰ ਹੋ ਸਕਦਾ ਸੀ ਕਿ ਕਿਸੇ ਵੱਡੇ ਤਣ ਪੱਤਨ ਜਿਹੜਾ ਜੀ ਉਹ ਲੱਗ ਜਾਂਦਾ, ਕਿਸੇ ਹੋਰ ਪਾਸੇ ਨੂੰ ਜਿਹੜਾ ਜੀ ਉਹ ਤੁਰ ਪੈਂਦਾ। ਜਿਹੜੇ ਲੀਡਰ ਨੇ ਉਹ ਅੰਦਰ ਵੜ ਗਏ ਜਵਾਬ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੀਗੇ। ਬਾਦਲ ਪਰਿਵਾਰ ਦੀਆਂ ਬਰੂਹਾਂ ਤੱਕ ਕੋਰੋਨਾ ਵਾਇਰਸ ਪਹੁੰਚ ਗਿਆ ਹੈ, ਉੱਥੇ ਉਹਨਾਂ ਦੇ 8 ਸਿਕਿਉਰਿਟੀ ਵਾਲੇ ਜਿਹੜੇ ਜੀ ਉਹ ਪੋਜ਼ਿਟਿਵ ਆਏ ਨੇ, ਉਹ ਬਾਹਰ ਨਿਕਲਣ ਨੂੰ ਤਿਆਰ ਨਹੀਂ। ਜਿਹੜੇ ਮਤਲਬ ਕਿ ਬਾਦਲ ਪਰਿਵਾਰ ਉਹ ਆ ਕੇ ਹੁਣ ਬਾਹਰ ਜਿਹੜਾ ਜੀ ਇਹਨੂੰ ਸੰਭਾਲੇ ਕੌਣ, ਜਿਹੜੀ ਇਹ ਡੈਂਟ ਡੇ ਬਾਈ ਡੇ ਜਿਹੜਾ ਜੀ ਉਹ ਪੈਂਦਾ ਤੁਰਿਆ ਜਾ ਰਿਹਾ, ਕਰ ਵੀ ਜਿਹੜਾ ਜੀ ਉਹ ਕੀ ਸਕਦੇ ਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਮੋਗੇ ਦਾ ਇੱਕ ਵੱਡਾ ਆਗੂ ਆ ਜੀ, ਉਹਦੇ ਵੱਡੇ ਚਰਚੇ ਚੱਲ ਰਹੇ ਆ ਕਿ ਉਹਨੇ ਜੁਆਇਨ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਕਰ ਲੈਣਾ ਇਸ ਧੜੇ ਨੂੰ। ਜੇ ਉਹ ਜਾਂਦੇ ਆ ਤੇ ਫਿਰ ਜਿਹੜਾ ਜੀ ਬਾਕੀ ਹੋਰ ਕਿਹੜੇ ਕਿਹੜੇ ਜਾਣਗੇ, ਇਹ ਵੀ ਅਹਿਮ ਜਿਹੜੇ ਉਹ ਸਵਾਲ ਹੋਣਗੇ। ਸੋ ਇੱਕ ਦੂਜੇ ਨੂੰ ਡੈਂਟ ਪਾਉਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਇਹ ਤੁਸੀਂ ਇਹ ਕਹਿ ਲਓ ਕੋਈ ਮਜਬੂਰ ਜੇ ਹੋਏ ਬੈਠੇ ਨੇ ਜਿਹੜਾ ਬਾਦਲ ਧੜੇ ਵਾਲੇ ਵੀ, ਉਦੋਂ ਪ੍ਰੈਸ ਕਾਨਫਰੰਸ ਲਾਉਂਦੇ ਆ ਜਦੋਂ ਛੱਡ ਛੁੱਡ ਕੇ ਚਲੇ ਜਾਂਦੇ ਵੀ ਇਹ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਕੱਢ ਰਹੇ। ਜੀ ਬਿਲਕੁਲ। ਕਿ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ, ਅਕਾਲ ਤਖ਼ਤ ਤੇ ਅਰਦਾਸ ਕਰਨ ਵਾਲੇ ਜਿਹੜਾ ਨੌਜਵਾਨ ਸੀਗਾ ਉਸਦੇ ਮਾਪੇ ਉਸ ਨੂੰ ਡੱਬ ਰਹੇ। ਦੇਖੋ ਐਕਚੁਅਲੀ ਜਦੋਂ 15 ਅਗਸਤ ਦੇ ਉੱਤੇ ਇਹ ਕਿਹਾ ਸੀਗਾ ਕਿ ਝੰਡਾ ਚੜ੍ਹਾਓ ਤੇ $2500 ਮਿਲੂਗਾ, ਉਦੋਂ ਮੋਗੇ ਦੇ ਕਈ ਨੌਜਵਾਨ ਜਿਹੜੇ ਜੀ ਆਏ ਔਰ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਜਿਹੜੀਆਂ ਜੀ ਹੋਈਆਂ। ਇਹ ਕਿਹਾ ਗਿਆ ਕਿ 3 ਜਣੇ ਨੇ ਜਿਹਨਾਂ ਨੇ, ਇੱਕ ਨੇ ਵੀਡੀਓ ਬਣਾਈ ਤੇ ਬਾਕੀਆਂ ਨੇ ਜਿਹੜਾ ਜੀ ਸੋਚਿਆ ਪੈਸੇ ਵੰਡ ਲਾਂਗੇ ਉਹ ਭੇਜ ਕੇ। ਇਹ ਵੀ ਉਸੇ ਤਰ੍ਹਾਂ ਦਾ ਮਾਮਲਾ ਜਿਹੜਾ ਜੀ ਆ 2020 ਵਾਲੇ ਆ, ਉਹਨਾਂ ਨੇ ਇਹ ਕਿਹਾ ਜੀ ਕਿ $5000 ਦੇਵਾਂਗੇ ਤੇ ਅਕਾਲ ਤਖ਼ਤ ਦੇ ਉੱਤੇ ਜਾ ਕੇ ਅਰਦਾਸ ਕਰੋ। ਇੱਕ ਜਿਹੜੀ ਵੀਡੀਓ ਵੀ ਉਹਨਾਂ ਨੇ ਪਾਤੀ ਕਾ, ਦੇਖੋ ਅਕਾਲ ਤਖ਼ਤ ਦੇ ਉੱਤੇ ਅਰਦਾਸ ਜਿਹੜੀ ਅਜੇ ਹੋ ਰਹੀ ਆ। ਇੱਕ ਮੁੰਡਾ ਜਿਹਨੂੰ ਅਜੇ ਜਿਹੜੀ ਪੁਲਿਸ ਆ ਉਹ ਅਜੇ ਵੀ ਇਹ ਕਹਿੰਦੇ ਆ ਕਿ ਉਹਨੇ ਉਹਨੂੰ ਅਰੈਸਟ ਨਹੀਂ ਕੀਤਾ, ਇਹ ਗੁਰਮੀਤ ਸਿੰਘ ਆ।
ਇਹ ਪੱਟੀ ਨੇੜੇ ਪਰਿਵਾਰ ਪਿੰਡ ਆ ਜੀ ਰਾਮ ਸਿੰਘ ਵਾਲਾ, ਉੱਥੇ 20 ਸਾਲਾਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਿਹਾ ਇਹਦਾ ਇਹਦਾ ਪਿਤਾ ਜਿਹੜਾ ਦੀ ਗੁਰਮੀਤ ਸਿੰਘ, ਔਰ ਗੁਰਮੀਤ ਸਿੰਘ ਦਾ ਪਰਿਵਾਰ, ਔਰ ਉਹ ਜਿਹੜੇ ਉਹਦੇ ਪਿਤਾ ਨੇ ਉਹਨਾਂ ਨੇ ਮਾਂ ਪਿਓ ਨੇ ਇਹ ਗੱਲ ਕਹੀ ਵੀ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਵੀ ਉਹਦਾ ਕੋਈ ਲਿੰਕ ਕਿਸੇ ਜਿਹੜਾ ਦੀ ਉਹ 2020 ਵਾਲਿਆਂ ਦੇ ਨਾਲ 26 ਕਿਸਾਨਾਂ ਦਾ ਇਹ ਗੁਰਮੀਤ ਸਿੰਘ ਆ, ਜਿਹਦਾ ਪਿਓ ਲਛਮਣ ਸਿੰਘ ਜਿਹੜਾ ਦੀ ਉਹ ਇਹ ਗੱਲ ਕਹਿੰਦਾ ਕਿ 22 ਤਰੀਕ ਨੂੰ ਉਹਦਾ ਫੋਨ ਤੇ ਉਹਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਲਾਸਟ ਟਾਈਮ ਹੋਈ ਸੀ, ਉਦੋਂ ਬਾਅਦ ਸ਼ਾਮ ਤੋਂ ਉਹਦਾ ਮੋਬਾਈਲ ਫੋਨ ਬੰਦ ਆ ਰਿਹਾ। ਉਹ ਚਿੰਤਿਤ ਨੇ ਬਜ਼ੁਰਗ ਜਿਹੜੇ ਦੀ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਦਾ ਪੁੱਤ ਕਿੱਥੇ ਗਿਆ। ਉਹ ਕਹਿੰਦੇ ਆ ਕਿ ਜਿਹੜਾ ਗੁਰਮੀਤ ਸਿੰਘ ਆ ਉਹ ਪਿਛਲੇ ਕੋ 8-9 ਮਹੀਨਿਆਂ ਤੋਂ ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਪੈਂਦਾ ਉੱਥੇ ਇੱਕ ਪਿੰਡ ਦੇ ਵਿੱਚ ਗ੍ਰੰਥੀ ਦੀ ਸੇਵਾ ਜਿਹੜੀ ਉਹ ਨਿਭਾ ਰਿਹਾ, ਮਹੀਨਾ ਕੁ ਪਹਿਲਾਂ ਘਰ ਆਇਆ ਸੀਗਾ। ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਆ, ਔਰ ਉਹ ਹੁਣ ਮੁੱਖ ਮੰਤਰੀ ਨੂੰ ਅਪੀਲ ਕਰ ਰਹੇ ਆ, ਜਥੇਦਾਰ ਨੂੰ ਅਪੀਲ ਕੀਤੀ ਆ ਅਕਾਲ ਤਖਤ ਦੇ ਨੂੰ ਕਿ ਪਤਾ ਕੀਤਾ ਜਾਵੇ ਉਹਨਾਂ ਦਾ ਪੁੱਤ ਕਿੱਥੇ ਗਿਆ, ਉਹ ਪਤਾ ਨਹੀਂ ਲੱਗ ਰਿਹਾ, ਉਹਦਾ ਫੋਨ ਜਿਹੜਾ ਉਹ ਸਵਿਚ ਆਫ ਹੈ। ਇਹ ਵੀ ਕਹਿੰਦੇ ਆ ਕਿ ਉਹਨਾਂ ਨੂੰ ਕਦੀ ਨਹੀਂ ਲੱਗਿਆ ਕਿ ਉਹ ਕਿਸੇ ਇਦਾਂ ਦੀ ਸਰਗਰਮੀ ਦੇ ਵਿੱਚ ਜਿਹੜਾ ਦੀ ਉਹ ਹੋ ਸਕਦਾ ਇਨਵੋਲਵ, ਤੇ ਜਿੱਥੇ ਪੁਲਿਸ ਜਿਹੜੀ ਆ ਉਹਦੀ ਅਰੈਸਟ ਕਰ ਲਵੇ ਜਾਂ ਪੁਲਿਸ ਉਹਨੂੰ ਫੜ ਲਵੇ। ਪੁਲਿਸ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਕਿ ਅਸੀਂ ਕਿਸੇ ਦੀ ਗ੍ਰਿਫਤਾਰੀ ਉੱਥੋਂ ਨਹੀਂ ਕੀਤੀ। ਫਿਰ ਸਵਾਲ ਇਹ ਆ ਕਿ ਜਿਹੜੀ ਵੀਡੀਓ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਬਣਾਈ ਹੋਈ ਆ ਉੱਥੇ ਅਕਾਲ ਤਖ਼ਤ ਦੇ ਸਾਹਮਣੇ, ਹਾਲਾਂਕਿ ਉਦਣ ਵੀ ਇਹ ਗੱਲ ਆਈ ਸੀ ਕਿ ਇੱਕ ਨੌਜਵਾਨ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉੱਥੋਂ, ਜਿਹੜਾ ਕਿ ਇਹ ਵੀਡੀਓ ਅਕਾਲ ਤਖ਼ਤ ਵਾਲੇ ਪਾਸੇ ਨੂੰ ਖੜੋ ਕੇ ਬਣਾ ਰਿਹਾ ਸੀ, ਜੇ ਉਹ ਸੀਗਾ ਜਿਹਨੂੰ ਹਿਰਾਸਤ ਦੇ ਵਿੱਚ ਲਿਆ, ਤੇ ਇਹ ਵੀਡੀਓ ਜਿਹੜੀ ਸੀ ਉਹ ਪਹੁੰਚ ਕਿਵੇਂ ਗਈ 2020 ਵਾਲਿਆਂ ਨੇ ਜਿਨ੍ਹਾਂ ਨੇ ਉਹਨੂੰ ਪਾ ਦਿੱਤਾ ਆਪਣੇ ਜਿਹੜਾ ਦੀ ਉਹ ਪੇਜ ਦੇ ਉੱਤੇ। ਤੇ ਅਗਲਾ ਜਿਹੜਾ ਜੀ ਸਵਾਲ ਕਿ ਗੁਰਮੀਤ ਸਿੰਘ ਦੇ ਵਾਸਤੇ ਹੁਣ ਜਿਹੜਾ ਉਹ ਕੌਣ ਬੋਲੂਗਾ, ਉਹ ਉਹਦੇ ਉਹਦਾ ਉਹਦਾ ਭਵਿੱਖ ਕੀ ਹੋਊਗਾ, ਉਹਨੂੰ ਕਿਹੜੇ ਮਾਮਲੇ ਦੇ ਤਹਿਤ ਜਿਹੜਾ ਦੀ ਉਹ ਫੜਿਆ ਗਿਆ, ਅਜੇ ਤੱਕ ਕੁਛ ਸਾਹਮਣੇ ਨਹੀਂ ਆਇਆ। ਕਾਨੂੰਨ ਦੇ ਮੁਤਾਬਕ ਤਾਂ 24 ਘੰਟਿਆਂ ਦੇ ਵਿੱਚ ਉਹਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਹੁੰਦਾ, ਜਦੋਂ ਅਰੈਸਟ ਹੀ ਨਹੀਂ ਵਿਖਾਈ ਜਾ ਰਹੀ, ਅਰੈਸਟ ਵਿਖਾਈ ਹੋਊਗੀ ਤੇ ਫਿਰ ਜਿਹੜਾ ਦੀ ਉਹ ਪੇਸ਼ ਕੀਤਾ ਜਾਊਗਾ ਨਾ। ਸੋ ਇਸ ਕਰਕੇ ਸਵਾਲ ਜਿਹੜੇ ਦੀ ਉਹ ਵੱਡੇ ਖੜੇ ਹੋ ਰਹੇ ਨੇ ਉਹ ਮੋਗੇ ਵਾਲੇ ਨੌਜਵਾਨਾਂ ਵਾਲੇ ਮਾਮਲੇ ਤੇ ਵੀ ਇਸ ਮਾਮਲੇ ਤੇ। ਧੰਨਵਾਦ ਬਲਤੇਜ ਬੰਨੇ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਰੋਤੇ ਸਨ ਬਲਤੇਜ ਬੰਨੂ ਜੀ ਕਰਦੇ ਨੇ ਖਬਰਾਂ ਸਾਡੇ ਨਾਲ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਰਵਿੰਦਰ ਕੌਰ ਪਲੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।